ਗੁਰ ਸਿੱਖਾਂ ਮਨ ਵਧਾਈਆਂ, ਜਿੰਨੀ ਮੇਰਾ ਸਤਿਗੁਰ ਡਿੱਠਾ ਰਾਮ ਰਹਿਜੇ। ਵਧਾਈ ਕਾਹਦੀ, ਇਹ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਿਹਦੀ ਸੇਵਾ ਤੋਂ ਗੁਰੂ ਖੁਸ਼ ਹੋਵੇ ਉਹਨੂੰ ਕੀ ਦਿੰਦਾ, ਤੇ ਆਪ ਹੀ ਬਚਨ ਕਰਨਾ। ਕਹਿੰਦੇ ਜਿਹਦੀ ਸੇਵਾ ਤੋਂ ਗੁਰੂ ਪ੍ਰਸੰਨ ਹੋ ਜੇ ਉਹਦੀ ਝੋਲੀ 'ਚ ਹੋਰ ਸੇਵਾ ਪਾ ਦਿੰਦਾ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਤੁਹਾਡੀ ਸਾਰਿਆਂ ਦੀ ਸੇਵਾ ਤੇ ਗੁਰੂ ਰਾਮਦਾਸ ਤਰੁੱਠ ਪਏ ਨੇ, ਬਾਬਾ ਦੀਪ ਸਿੰਘ ਜੀ ਤਰੁੱਠ ਪਏ ਨੇ, ਤੁਹਾਡੀ ਝੋਲੀ ਦੇ ਵਿੱਚ ਇੱਕ ਵੱਡੀ ਸੇਵਾ ਪਾਤੀ ਹੋਰ। ਉਹ ਪਤਾ ਕੀ, ਹਰਿਮੰਦਰ ਸਾਹਿਬ ਦੇ ਬਿਲਕੁਲ ਕੋਲ ਪਾਪੜਾਂ ਵਾਲਾ ਬਾਜ਼ਾਰ ਹੈ, ਸਭ ਨੂੰ ਪਤਾ, ਜਿਹੜੇ ਅੰਮ੍ਰਿਤਸਰ ਸ਼ਹਿਰ ਤੋਂ ਜਾਣਾ। 2 ਮਿੰਟ ਦਾ ਪੈਦਲ ਰਸਤਾ ਹੈ ਦਰਬਾਰ ਸਾਹਿਬ ਤੋਂ। ਉੱਥੇ 300 ਗਜ਼ ਜਗ੍ਹਾ ਸਰਾਂ ਦੇ ਵਾਸਤੇ ਗੁਰੂ ਰਾਮਦਾਸ ਜੀ ਨੇ ਤੁਹਾਡੀ ਸਾਰਿਆਂ ਦੀ ਝੋਲੀ 'ਚ ਪਾ ਦਿੰਦੀ ਹੈ। ਇੱਕ ਲੱਖ ਰੁਪਇਆ ਇੱਕ ਉੱਥੇ ਇੱਕ ਗਜ਼ ਦਾ ਭਾਅ ਹੈ ਜਗ੍ਹਾ ਦਾ, 300 ਗਜ਼ ਜਗ੍ਹਾ ਹੈ, ਤਕਰੀਬਨ 3 ਕਰੋੜ ਦੀ ਉਹ ਜਗ੍ਹਾ ਹੈ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ, ਤੇ ਦਸਵੰਧ ਵੱਲ ਵੱਧ ਤੋਂ ਵੱਧ ਧਿਆਨ ਦੇ ਕੇ, 1 ਲੱਖ ਰੁਪਇਆ ਇੱਕ ਗਜ਼ ਦਾ ਉੱਥੇ ਰੇਟ ਹੈ। ਇੱਕ ਗਜ਼ ਦੀ ਸੇਵਾ ਕੋਈ ਕਰ ਸਕੇ ਚੰਗੀ ਗੱਲ, ਅੱਧੇ ਗਜ਼ ਦੀ, ਅੱਧਿਓਂ ਅੱਧੇ ਗਜ਼ ਦੀ 10 ਸਰੀਰ ਮਿਲ ਕੇ ਸੇਵਾ ਕਰ ਲਓ, 20 ਸਰੀਰ ਮਿਲ ਕੇ ਸੇਵਾ ਕਰ ਲਓ। ਜਦੋਂ ਘਰ ਦੇ ਵਿੱਚ ਲੋੜ ਹੋਵੇ ਫਿਰ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ, ਫਿਰ ਗੁਰੂ ਦੀ ਖੁਸ਼ੀ ਮਿਲਦੀ ਹੈ। ਤੇ ਉੱਥੇ ਕੋਈ ਮੇਰਾ ਘਰ ਨਹੀਂ ਬਣਨਾ, ਉੱਥੇ ਸਰਾਂ ਬਣਨੀ, ਜਿਹੜੀਆਂ ਸੰਗਤਾਂ ਨੇ ਆਉਣਾ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਵਾਸਤੇ। ਤੇ ਪਿਆਰਿਓ, ਜਦੋਂ ਸੰਗਤ ਦੀ ਰਿਹਾਇਸ਼ ਦੀ ਫਿਕਰ ਤੁਸੀਂ ਕਰੋਗੇ ਨਾ, ਸੱਚੀ ਗੱਲ ਕਹਿੰਦਾ, ਲੋਕ ਵਿੱਚ ਤੇ ਪਰਲੋਕ ਵਿੱਚ ਤੁਹਾਡੇ ਪਰਦਿਆਂ ਨੂੰ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੀ ਝੋਲੀ 'ਚ ਪਵਾ ਲੈਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਭਾਈ ਆਦਮ ਨੇ ਸੰਗਤ ਦੀ ਸੇਵਾ ਕੀਤੀ ਸੀ, ਸੇਵਾ, ਔਲਾਦ ਨਹੀਂ ਸੀ ਘਰ ਦੇ ਵਿੱਚ, ਪਰ ਮਰਨ ਨੂੰ ਏਡਾ ਫਿਕਰ ਲੱਗ ਗਿਆ, ਆਦਮ ਤੂੰ ਏਡੀ ਭਾਵਨਾ ਨਾਲ ਸੇਵਾ ਕੀਤੀ, ਤੇਰੇ ਕਰਮਾਂ 'ਚ ਪੁੱਤ ਨਹੀਂ, ਪਰ ਤੇਰੇ ਨਾਲ ਬਚਨ ਕਰਦੇ ਆ, ਹੁਣ ਸਾਡਾ ਚੌਥਾ ਪੁੱਤ ਸਾਡੇ ਘਰ ਨਹੀਂ ਆਏਗਾ, ਉਹ ਤੇਰੇ ਘਰ ਆਏਗਾ। ਨਾਮ ਭਾਈ ਭਗਤੂ ਰੱਖੀ ਬੜੀ ਕਰਨੀ ਤੇ ਕਮਾਈ ਵਾਲਾ ਹੋਏਗਾ। ਇਹ ਮੇਰੀ ਬੇਨਤੀ ਹੈ, ਵੱਡਾ ਕੁੰਭ ਸੇਵਾ ਦਾ ਮਰਨ ਹੈ, ਹੋਰ ਝੋਲੀ 'ਚ ਪਾਤਾ। ਤੇ ਇਹ ਆਪਣੇ ਆਪਣੇ ਦਸਵੰਧ ਵਿੱਚੋਂ ਜਿਵੇਂ ਜਿਵੇਂ ਤੁਹਾਡੇ ਅੰਦਰੋਂ ਆਵਾਜ਼ ਆਵੇ, 1 ਗਜ਼ ਦੀ, 2 ਗਜ਼ ਦੀ, 5 ਗਜ਼ ਦੀ ਸੇਵਾ, ਅੱਧੇ ਗਜ਼ ਦੀ, ਉਤੋਂ ਅੱਧੇ, ਜਿਵੇਂ ਜਿਵੇਂ ਗੁਰੂ ਤੁਹਾਨੂੰ ਪ੍ਰੇਰਨਾ ਕਰੇ, ਇਹ ਮੇਰੀ ਬੇਨਤੀ, ਪੂਰਾ ਹੱਲਾ ਲਾ ਦਿਓ, ਪੂਰਾ ਜ਼ੋਰ ਲਾ ਦਿਓ, ਤਾਂ ਜੋ ਇਹ ਸਾਰੇ ਸਰਾਂ ਦੇ ਕਾਰਜ ਸਮੇਂ ਸਿਰ ਹੋਣ। ਔਰ ਉੱਥੇ ਫਿਰ ਉਹ ਸਾਰੀ ਸ਼ੁਰੂ ਕਰੀਏ। ਦਰਬਾਰ ਸਾਹਿਬ ਤੋਂ ਪੈਦਲ 2 ਮਿੰਟ ਦਾ ਰਾਹ ਹੈ ਪਾਪੜਾਂ ਵਾਲੇ ਬਾਜ਼ਾਰ, ਉੱਥੇ 300 ਗਜ਼ ਜਗ੍ਹਾ ਮਿਲੀ ਹੈ ਮਹਾਰਾਜ ਜੀ ਦੀ ਮਿਹਰ ਦੇ ਨਾਲ, ਅਤੇ ਤੁਸੀਂ ਅਸੀਸ ਦੇਣੀ, ਇਹ ਸਾਰੇ ਕਾਰਜ ਸਮੇਂ ਸਿਰ ਅਤੇ ਗੁਰੂ ਦੀ ਬਖਸ਼ਿਸ਼ ਦਾ ਸਦਕਾ ਹੋਣ। ਅਕਾਊਂਟ ਡਿਟੇਲਾਂ ਜੋ TV ਸਕਰੀਨ ਦੇ ਉੱਤੇ ਚੱਲਦੀਆਂ, ਕਿਸੇ ਵੀ ਅਕਾਊਂਟ 'ਚ ਸੇਵਾ ਪਾ ਕੇ ਟਰੱਸਟ ਦੇ ਨੰਬਰਾਂ 'ਤੇ ਤੁਸੀਂ ਦੱਸ ਸਕਦੇ ਹੋ, ਤਾਂ ਜੋ ਤੁਹਾਨੂੰ ਰਸੀਦ ਸਤਿਕਾਰ ਭੇਜਿਆ ਜਾ ਸਕੇ, ਅਤੇ ਆਪਣੀ ਸੇਵਾ ਸਾਨੂੰ ਫੋਨਪੇ, ਗੂਗਲ ਪੇ ਵੀ ਕਰ ਸਕਦੇ, ਉਹ ਵੀ ਨੰਬਰ TV ਸਕਰੀਨ 'ਤੇ ਚੱਲਦਾ। ਜਿਹੜੀਆਂ ਸੂਰਤ ਦੀਆਂ ਸੰਗਤਾਂ ਜਾਂ ਸੂਰਤ ਦੇ ਨੇੜੇ ਤੇੜੇ ਦੇ ਜਿੰਨੇ ਇਲਾਕੇ ਨੇ, ਬੜੌਦਾ, ਹੋਰ ਗੁਜਰਾਤ ਦੇ ਜਿੰਨੇ ਇਲਾਕੇ, ਅਹਿਮਦਾਬਾਦ ਦੇ, ਉਹਨਾਂ ਲਈ ਬੇਨਤੀ ਹੈ, 7 ਦਸੰਬਰ ਨੂੰ ਰਹਿਣ ਸਭਾਈ ਸਮਾਗਮ ਰੱਖਿਆ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਭਟਾਰ ਰੋਡ ਸੂਰਤ। ਇਹ ਮੇਰੀ ਬੇਨਤੀ, ਜਿਹੜੇ ਉੱਧਰਲੇ ਇਲਾਕੇ ਦੇ ਸੁਣ ਰਹੇ ਹੋ, ਸਭ ਨੂੰ ਮੈਂ ਬੇਨਤੀ ਕਰਦਾ, ਦਸਾਂ 20-20 ਨੂੰ ਲੈ ਕੇ ਆਇਓ ਰੈਣ ਸਬਾਈ ਕੀਰਤਨ ਦੇ ਵਿੱਚ। ਤੁਹਾਨੂੰ ਸਭ ਨੂੰ ਪਤਾ ਹੈ ਰੈਣ ਸਬਾਈ ਦੇ ਵਿੱਚ ਕਿੰਨੀਆਂ ਬਖਸ਼ਿਸ਼ਾਂ ਗੁਰੂ ਜੀ ਦਿੰਦੇ, ਸਾਡੇ ਸਾਰਿਆਂ ਦੇ ਕੰਮ ਫਾਸਟ ਟਰੈਕ ਨਾਲ ਹੋ ਜਾਂਦੇ, ਫਾਸਟ ਟਰੈਕ ਨਾਲ
ਜਿਹੜੇ ਕੰਮ ਨੂੰ ਮੰਨ ਲਓ 6 ਮਹੀਨੇ ਲੱਗਣੇ ਰੈਣ ਸਬਾਈ ਚ ਆ ਕੇ ਜਦੋਂ ਹਾਜ਼ਰੀ ਬੰਦਾ ਭਰਦਾ ਸਤਿਗੁਰੂ ਐ ਬਖਸ਼ਿਸ਼ ਦੀਆਂ ਮੁੱਠੀਆਂ ਬਹੁਤ ਜਲਦੀ ਖੋਲ ਦਿੰਦੇ ਆ ਖੁਦ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਰਹਿਮਤਾਂ ਦੀਆਂ ਮੁੱਠਾਂ ਮੇਰਾ ਦੀਆਂ ਮੁੱਠਾਂ ਜਲਦੀ ਖੋਲ ਦਿੰਦੇ ਨੇ ਸਦਕੇ ਰੈਣ ਸਬਾਈ ਦੇ ਇਹ 7 ਦਸੰਬਰ ਨੂੰ ਰੈਣੀ ਸਭਾਈ ਸਮਾਗਮ ਨੇ ਸੂਰਤ ਜ਼ਰੂਰ ਦਰਸ਼ਨ ਦਿਓ ਜਿਹੜੇ ਉਧਰ ਵਾਲੇ ਨੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ ਰਹਿਮਤਾਂ ਕੀਤੀਆਂ ਗੁਰੂ ਰਾਮਦਾਸ ਜੀ ਦਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਬੀਬੀ ਕੌਲਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ ਹੈ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ ਜੀ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ ਨਾ ਖੁਦ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਯੂਟਿਊਬ ਦਾ ਲਿੰਕ ਸਾਰੀਆਂ ਸੰਗਤਾਂ ਤੱਕ ਪਹੁੰਚ ਚੁੱਕਿਆ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਔਰ ਜਿਨ੍ਹਾਂ ਨੇ ਭਾਈ ਅਮਨਦੀਪ ਸਿੰਘ ਜੀ ਅਫੀਸ਼ੀਅਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ ਆਓ ਭਾਵਨਾ ਉਹ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚਮਕੜਾ ਮਾਰ ਕੇ ਬੈਠੇ ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਦੋ ਬੇਨਤੀਆਂ ਆਪਾਂ ਕਰਨੀਆਂ ਨੇ ਫਿਰ ਸ਼ਬਦ ਪੜਾਂਗੇ ਪਹਿਲੀ ਬੇਨਤੀ ਧਿਆਨ ਨਾਲ ਸੁਣਿਆ ਜੇ ਤੁਹਾਡੇ ਮਨ ਦੇ ਵਿੱਚ ਕਿਸੇ ਨੂੰ ਦੁੱਖ ਦੇਣ ਦੀ ਜ਼ਰਾ ਜਿੰਨੀ ਵੀ ਭਾਵਨਾ ਹੈ ਨਾ ਸੁਣਿਆ ਜੇ ਤੁਹਾਡੇ ਮਨ ਦੇ ਵਿੱਚ ਕਿਸੇ ਨੂੰ ਦੁੱਖ ਦੇਣ ਦੀ ਜ਼ਰਾ ਜਿੰਨੀ ਵੀ ਭਾਵਨਾ ਹੈ ਤੇ ਤੁਸੀਂ ਆਪਣੇ ਲਈ ਹੀ ਇਹ ਬੀਜ ਬੀਜ ਰਹੇ ਹੋ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਿਉਂਕਿ ਤੁਹਾਡੇ ਮਨ ਦੇ ਵਿੱਚ ਦੁੱਖ ਦੇਣ ਵਾਲਾ ਬੀਜ ਹੈ ਤੇ ਇਹ ਤੁਹਾਡੀ ਹੀ ਮਨ ਦੀ ਭੂਮੀ ਦੇ ਵਿੱਚ ਤੁਹਾਡੇ ਹੀ ਮਨ ਦੀ ਧਰਤੀ ਦੇ ਵਿੱਚ ਡਿੱਗੇਗਾ ਹਾਂਜੀ ਜਿਹੜਾ ਦੂਜਿਆਂ ਨੂੰ ਦੁੱਖ ਦੇਣ ਵਾਲਾ ਬੀਜ ਹੈ ਨਾ ਉਹ ਬਾਹਰ ਤੇ ਡਿੱਗਣਾ ਨਹੀਂ ਤੁਹਾਡੇ ਹੀ ਮਨ ਦੀ ਪਿਆਰਿਓ ਉਹ ਭੂਮੀ ਦੇ ਵਿੱਚ ਡਿੱਗੇਗਾ ਇਸ ਕਰਕੇ ਮੇਰੀ ਬੇਨਤੀ ਏ ਜੋ ਤੁਹਾਡੇ ਅੰਦਰ ਹੈ ਜਿਹੜਾ ਬੀਜ ਤੁਹਾਡੇ ਅੰਦਰ ਹੈ ਨਾ ਉਹਦਾ ਇੱਕ ਦਿਨ ਦਰਖਤ ਵੀ ਤੁਹਾਡੇ ਅੰਦਰ ਹੀ ਬਣਨਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇ ਜੇ ਦਰਖਤ ਤੁਹਾਡੇ ਅੰਦਰ ਲੱਗਣਾ ਤੇ ਉਹਦਾ ਫਲ ਵੀ ਤੁਹਾਨੂੰ ਹੀ ਭੋਗਣਾ ਪੈਣਾ ਇਸ ਕਰਕੇ ਮੇਰੀ ਨਿਮਰਤਾ ਸਹਿਤ ਬੇਨਤੀ ਏ ਜਰਾ ਜਿੰਨਾ ਵੀ ਜੇ ਦੁੱਖ ਦੇਣ ਦਾ ਦੂਜਿਆਂ ਨੂੰ ਅੰਦਰ ਬੀਜ ਹੈ ਨਾ ਭਾਵਨਾ ਹੈ ਤੇ ਉਸ ਬੀਜ ਨੂੰ ਖਤਮ ਕਰਨ ਦਾ ਯਤਨ ਕਰੋ ਕਿਉਂਕਿ ਜਿਹੋ ਜਿਹਾ ਬੀਜ ਬੀਜਣਾ ਉਹੋ ਜਿਹਾ ਫਲ ਸਾਨੂੰ ਵੀ ਭੋਗਣਾ ਪਏਗਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਿਉਂਕਿ ਜਿਹੜਾ ਬੀਜ ਹੈ ਉਹ ਸਾਡੇ ਮਨ ਦੀ ਭੂਮੀ ਦੇ ਵਿੱਚ ਮਨ ਦੀ ਧਰਤੀ 'ਚ ਡਿੱਗਣਾ ਦੂਜਿਆਂ ਦੇ ਮਨ ਦੀ ਧਰਤੀ ਵਿੱਚ ਨਹੀਂ ਡਿੱਗਣਾ ਕਿਉਂਕਿ ਬੀਜ ਸਾਡੇ ਅੰਦਰ ਹੈ ਤੇ ਜਿਹੜਾ ਬੀਜ ਸਾਡੇ ਅੰਦਰ ਹੈ ਉਹਦਾ ਦਰਖਤ ਵੀ ਫਿਰ ਸਾਡੇ ਅੰਦਰ ਲੱਗੇਗਾ ਜੇ ਦਰਖਤ ਸਾਡੇ ਅੰਦਰ ਲੱਗਿਆ ਤੇ ਫਲ ਬਾਹਰ ਥੋੜ੍ਹੀ ਉੱਗਣੇ ਨੇ ਫਲ ਵੀ ਤੇ ਸਾਡੇ ਅੰਦਰ ਹੀ ਉੱਗਣਗੇ ਨਾ ਇਸ ਕਰਕੇ ਮੇਰੀ ਬੇਨਤੀ ਹੈ ਭਾਈ ਦੂਜਿਆਂ ਨੂੰ ਦੁੱਖ ਦੇਣ ਵਾਲਾ ਜੇ ਜਰਾ ਜਿੰਨਾ ਵੀ ਬੀਜ ਸਾਡੇ ਅੰਦਰ ਪੈਦਾ ਹੋ ਰਿਹਾ ਤੇ ਉਸ ਬੀਜ ਦਾ ਨਾਸ ਕਰੋ
ਤੇ ਉਸ ਬੀਜ ਦਾ ਨਾਸ ਹੋਏਗਾ ਗੁਰ ਸ਼ਬਦ ਦੇ ਨਾਲ, ਬਾਣੀ ਦੇ ਨਾਲ, ਸਿਮਰਨ ਦੇ ਨਾਲ। ਆ ਜਦੋਂ ਸਤ ਸੰਗਤ ਦੇ ਵਿੱਚ ਭੱਜ ਭੱਜ ਕੇ ਆਵਾਂਗੇ ਨਾ, ਸੰਗਤ ਵਿੱਚ ਆਉਣ ਦੇ ਨਾਲ ਇਹ ਬੀਜ ਦਾ ਨਾਸ ਹੋਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੂਜੀ ਗੱਲ ਸੁਣੋ, ਕਈ ਵਾਰੀ ਅਸੀਂ ਕਹਿੰਦੇ ਨਾ ਜੀ ਧਿਆਨ ਲਾਇਆ ਕਰ, ਧਿਆਨ ਲਾਇਆ ਕਰ, ਸਿਮਰਨ ਵਿੱਚ ਲਾਇਆ ਕਰ, ਬੰਦਗੀ ਵਿੱਚ ਧਿਆਨ ਲਾਇਆ ਕਰ। ਧਿਆਨ ਦਾ ਅਸਲੀ ਮਤਲਬ ਪਤਾ ਕੀ ਹੁੰਦਾ? ਧਿਆਨ ਦਾ ਅਸਲੀ ਮਤਲਬ ਹੁੰਦਾ ਚਾਹ ਮੁਕਤ ਹੋਣਾ। ਅੰਦਰ ਕਿਸੇ ਗੱਲ ਦੀ ਚਾਹ ਰਹਿ ਨਹੀਂ ਗਈ। ਬੰਦਾ ਚਾਹ ਮੁਕਤ ਹੋ ਗਿਆ, ਤੂੰ ਜੀਰੋ ਹੋ ਗਿਆ। ਤੇਰੇ ਅੰਦਰ ਨਾ ਕੋਈ ਵਾਸਣਾ ਹੈ, ਨਾ ਕੋਈ ਵਿਕਾਰ ਹੈ, ਨਾ ਕੋਈ ਨਿੰਦਿਆ, ਨਾ ਕੋਈ ਵੈਰ ਭਾਵਨਾ, ਤੂੰ ਜੀਰੋ ਹੋ ਗਿਆ, ਜੀਰੋ। ਹਾਂਜੀ, ਚਾਹ ਮੁਕਤ ਜਦੋਂ ਬੰਦਾ ਹੋ ਗਿਆ ਤੇ ਫਿਰ ਪਿਆਰਿਓ ਉਹ ਧਿਆਨ ਵਿੱਚ ਜੁੜ ਗਿਆ। ਧਿਆਨ ਦਾ ਮਤਲਬ ਹੀ ਇਹ ਹੈ ਕਿ ਚਾਹ ਮੁਕਤ ਹੋ ਗਿਆ ਬੰਦਾ। ਜਿਹੜਾ ਬੰਦਾ ਵਾਸਣਾ ਮੁਕਤ ਹੋ ਗਿਆ, ਹਾਂਜੀ, ਅੰਦਰ ਹੈ ਹੀ ਨਹੀਂ, ਵੈਰ ਹੈ ਹੀ ਨਹੀਂ, ਨਫ਼ਰਤ ਹੈ ਹੀ ਨਹੀਂ, ਈਰਖਾ ਹੈ ਹੀ ਨਹੀਂ, ਦੂਜਿਆਂ ਨੂੰ ਨੀਵੀਂ ਵਿਖਾਉਣ ਵਾਲੀ ਸੋਚ ਹੈ ਹੀ ਨਹੀਂ। ਤੇ ਸੱਚੀ ਗੱਲ ਏ, ਜਦੋਂ ਬੰਦਾ ਚਾਹ ਮੁਕਤ ਹੋ ਜਾਂਦਾ ਨਾ, ਫਿਰ ਉਸ ਬੰਦੇ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਪ੍ਰਗਟ ਹੋਣ ਲੱਗ ਪੈਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਉਹਦੇ ਅੰਦਰ ਫਿਰ ਪਰਮੇਸ਼ਰ ਉਹ ਨਿਰੰਕਾਰੀ ਜੋਤ ਪ੍ਰਗਟ ਹੋਣ ਲੱਗ ਪੈਂਦੀ ਹੈ। ਤੇ ਸੱਚਾਈ ਏ, ਫਿਰ ਇਹੋ ਜਿਹੇ ਬੰਦੇ ਯੁੱਗ ਪੁਰਸ਼ ਬਣਦੇ ਨੇ। ਯੁੱਗ ਪੁਰਸ਼ ਉਹ ਬੰਦੇ ਚਲੇ ਵੀ ਜਾਂ, ਸਦੀਆਂ ਤੱਕ ਲੋਕਾਂ ਦੇ ਹਿਰਦਿਆਂ ਦੇ ਉੱਤੇ ਰਾਜ ਕਰਦੇ ਨੇ। ਯੁੱਗ ਪੁਰਸ਼ ਬਣ ਜਾਂਦੇ ਨੇ, ਯੁੱਗ ਪੁਰਸ਼ ਦੁਨੀਆਂ ਵਿੱਚ ਇਹੋ ਜਿਹਾ ਬਦਲਾਵ ਲਿਆਉਂਦੇ ਨੇ ਜਿਹੜਾ ਕਦੀ ਕਿਸੇ ਨੇ ਸੋਚਿਆ ਨਹੀਂ ਹੁੰਦਾ। ਪਰ ਆਉਂਦਾ ਉਦੋਂ ਹੀ ਹੈ ਜਦੋਂ ਅੰਦਰ ਪਰਮਾਤਮਾ ਆਏਗਾ, ਪਰਮੇਸ਼ਰ ਆਏਗਾ। ਬੈਠਾ ਤੇ ਅੰਦਰ ਹੀ ਹੋਇਆ, ਜਦੋਂ ਉਹ ਪਰਦੇ ਲੱਥ ਜਾਣਗੇ, ਜਿਹੜੇ ਪਾਏ ਨੇ ਪਰਦੇ ਨਾ ਅਸੀਂ, ਜਦੋਂ ਉਹ ਲੱਥ ਜਾਣਗੇ, ਜਦੋਂ ਅੰਦਰ ਹੀ ਵਿਖਣ ਲੱਗ ਪਏਗਾ ਨਾ, ਫਿਰ ਪਿਆਰਿਓ ਤੁਸੀਂ ਪਰਮੇਸ਼ਰ ਦਾ ਰੂਪ ਬਣ ਜਾਓਗੇ। ਫਰਕ ਰਹਿ ਕੋਈ ਨਹੀਂ ਜਾਏਗਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਜ਼ੀਰੋ ਹੋਣ ਦੀ ਦੇਰ ਹੈ ਤੁਹਾਡੀ, ਸਾਡੀ ਸਾਰਿਆਂ ਦੀ ਜ਼ੀਰੋ ਹੋਣ ਦੀ, ਕਿ ਮੈਂ ਕੁਝ ਵੀ ਨਹੀਂ। ਜ਼ੀਰੋ ਹੋਣ ਦੀ ਦੇਰ ਹੈ ਪਿਆਰਿਓ, ਉਹ ਸੱਚ, ਉਹ ਪਰਮੇਸ਼ਰ ਤੁਹਾਡੇ ਵੱਲ ਵਧਣ ਲੱਗ ਪਏਗਾ। ਇਹ ਮੇਰੀ ਬੇਨਤੀ ਹੈ। ਕਿੱਡੀ ਹੈਰਾਨਗੀ ਦੀ ਗੱਲ, ਬਾਬਾ ਫਰੀਦ ਸਾਹਿਬ ਜੀ ਦਾ ਕਿੱਡਾ ਪਿਆਰਾ ਬਚਨ ਹੈ। ਕਹਿੰਦੇ ਪਰਮੇਸ਼ਰ ਨੂੰ ਮਿਲਣਾ ਹੀ ਨਾ, ਪਰਮੇਸ਼ਰ ਵੱਲ ਕਦੀ ਵੀ ਨਾ ਦੌੜਾ। ਮਹਾਰਾਜ ਮੈਂ ਪਰਮੇਸ਼ਰ ਨੂੰ ਮਿਲਣਾ, ਪਰਮੇਸ਼ਰ ਵੱਲ ਨਾ ਦੌੜਾ? ਕਹਿੰਦੇ ਹਾਂ, ਜੇ ਰੱਬ ਨੂੰ ਮਿਲਣਾ ਚਾਹੁੰਦਾ ਨਾ, ਰੱਬ ਵੱਲ ਨਾ ਦੌੜ। ਜੀ ਕੀ ਕਰਾਂ? ਕਹਿੰਦੇ ਆਪਣੇ ਅੰਦਰੋਂ ਕਮੀਆਂ ਕੱਢਣੀਆਂ ਸ਼ੁਰੂ ਕਰ, ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਆਪਣੇ ਆਪ ਨੂੰ ਸੁਧਾਰ, ਆਪਣੇ ਆਪ ਨੂੰ ਸਵਾਰ। ਕਮਾਲ ਦੀ ਗੱਲ, ਤੂੰ ਆਪਣੇ ਆਪ ਨੂੰ ਸਵਾਰੇਗਾ, ਪਰਮੇਸ਼ਰ ਕਹਿੰਦਾ ਮੈਂ ਤੈਨੂੰ ਮਿਲਣ ਲੱਗ ਪਾਂਗਾ। ਤੈਨੂੰ ਮੈਨੂੰ ਮਿਲਣ ਦੀ ਲੋੜ ਨਹੀਂ, ਮੈਂ ਤੈਨੂੰ ਖੁਦ ਮਿਲਣ ਆਵਾਂਗਾ, ਤੇਰੇ ਅੰਦਰੋਂ ਹੀ ਪ੍ਰਗਟ ਹੋ ਜਾਊਂਗਾ। ਤੂੰ ਇੱਕ ਕੰਮ ਕਰ। ਕਿਹੜਾ ਕੰਮ? ਕਹਿੰਦੇ ਆਪ ਸਵਾਰੇ ਮੈਂ ਮਿਲੇ, ਆਪਣੇ ਆਪ ਨੂੰ ਸਵਾਰ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ
ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਬਸ ਤੂੰ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦੇ, ਧਿਆਨ ਵਿੱਚ ਜੁੜਨ ਲੱਗ ਪੈ, ਚਾਹ ਮੁਕਤ ਹੋ ਜਾ, ਚਾਹ ਮੁਕਤ। ਚਾਹ ਨਾ ਦੂਜੀ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਆਪਣੇ ਆਪ ਨੂੰ ਜੀਰੋ ਕਰ ਲੈ, ਜੀਰੋ ਜੀਰੋ। ਜਦੋਂ ਤੂੰ ਜੀਰੋ ਕਰੇਗਾ ਫਿਰ ਉਹ ਸੱਚ ਤੇਰੇ ਵੱਲ ਵਧਦਾ ਆਏਗਾ, ਵਧਦਾ ਆਏਗਾ। ਆਪ ਸਬਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਬਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 1322 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ। ਮੇਰੇ ਲਾਲਨ ਕੀ ਸੋਭਾ, ਸਦ ਨਵ ਤਨ ਮਨ ਰੰਗੀ ਸੋਭਾ। ਬਾਪੂ ਨਾਨਕ ਦੀਆਂ ਵਡਿਆਈਆਂ ਚ ਜੁੜੇ ਹੋ। ਗੁਰੂ ਨਾਨਕ ਜੀ ਦਾ ਆਗਮਨ ਪੁਰਬ ਥੋੜੇ ਦਿਨ ਪਹਿਲੇ ਲੰਘਿਆ ਤੇ ਸਾਰੀ ਸੰਗਤ ਕਿਰਪਾ ਕਰੇ। ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ। ਬੋਲ ਸਾਰੇ, ਮੇਰੇ ਲਾਲਨ ਕੀ ਸੋਭਾ, ਲਾਲਨ ਕੀ ਸੋਭਾ। ਸਤ ਨਵ ਤਨ ਮਨ ਰੰਗੀ ਸੋਭਾ, ਸਤ ਨਵ ਤਨ ਮਨ ਰੰਗੀ ਸੋਭਾ, ਮੇਰੇ ਲਾਲਨ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ। ਸਾਰੇ ਕਿਰਪਾ ਕਰੋ ਜੀ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ। ਸਤ ਨਵ ਤਨ ਮਨ ਰੰਗੀ ਸੋਭਾ, ਸਤ ਨਵ ਤਨ ਮਨ ਰੰਗੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਬ੍ਰਹਮ ਮਹੇਸ਼ ਸਿੱਧ ਮੁਨ ਇੰਦ
ब्रह्म महेश सिद्ध मुन जोग ज्ञान ध्यान सेख नागे संगले जपे तरंगी संगले जपे तरंगी संगले जपे तरंगी पढ़ो मेरे लाल ने सो संगी
ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, 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 ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ ਜੀ, ਸਾਰੇ ਧੰਨ ਗੁਰੂ ਨਾਨਕ ਜੀ, ਅੱਜ ਕੇ ਗੁਰੂ ਨਾਨਕ ਜੀ, ਧੰਨ 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 ਗੁਰੂ ਨਾਨਕ ਜੀ, ਹਰ ਕੇ ਗੁਣ ਬਹੁਤ ਬਹੁਤ ਬਸੋਬਾ, ਹਰ ਕੇ ਗੁਣ ਬਹੁਤ ਬਹੁਤ ਬਸੋਬਾ, ਹਮ ਤੋ ਸ਼ਿਕਰ ਕਰੇ ਬਰਨ ਥੇ, ਹਮਰੀ ਮਤ ਵਸਗਤ ਪ੍ਰਭ ਤੁਮਰੇ, ਜਨ ਨਾਨਕ ਕੇ ਪ੍ਰਭ ਸਮਰਥੇ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਸੋਭਾ ਤਾਂ ਕੀ ਅਪਰੇ ਅਪਾਰ, ਅਨਕ ਰੰਗ ਜਾ ਕੇ ਗਨੇ ਨਾ ਜਾਗੇ, ਸੋਗ ਹਰਖ ਦੋਹੋਂ ਮੈਂ ਨਹੀਂ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਸਾਰੇ ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ,
ਨਿਰਮਲ ਸੋਭਾ ਅਚਰਜ ਬਾਣੀ ਪਾਰ ਪਰਮ ਪੂਰਨ ਮਨ ਪਾਣੀ ਜਲ ਥਲ ਮਹੀਲ ਰਵਿਆ ਸੋਏ ਨਾਨਕ ਸਭ ਕਿਛ ਪ੍ਰਭ ਤੇ ਕੋਏ ਮੇਰੇ ਲਾਲਨ ਕੀ ਸੋਭਾ ਮੇਰੇ ਲਾਲਨ ਕੀ ਕਰਨੇ ਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ ਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ ਤੇਰੀ ਸੋਮਾ ਤੁਤ ਤੇਰੀ ਸੋਮਾ ਤੁਤ ਸੱਚੇ ਮੇਰੇ ਪਿਆਰਿਆ ਮੇਰੇ ਲਾਲਨ ਕੀ ਸੋਮਾ ਕਰਾਨੇ ਵੱਡੀ ਵਡਿਆਈ ਅਚਰਜ ਸੋਮਾ ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਬ ਭੇਟਿਓ ਸਗਲੇ ਦੁੱਖ ਬਿਨਾਸੇ ਓ ਮੇਰੇ ਲਾਲਨ ਕੀ ਸੋਮਾ ਮੇਰੇ ਲਾਲਨ ਕੀ ਸੋਮਾ ਮੇਰੇ ਲਾਲਨ ਕੀ ਸੋਮਾ ਮੇਰੇ ਲਾਲਨ ਕੀ ਸੋਮਾ ਅਤ ਪ੍ਰੀਤਮ ਮਨ ਮੋਹਨਾ ਕਟ ਸੋਹਨਾ ਪ੍ਰਾਣ ਅਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਆਪਣੇ ਅਪਾਰਾ ਰਾਮ ਓ ਮੇਰੇ ਲਾਲਨ ਕੀ ਸੋਭਾ ਸਭ ਤੇ ਊਚ ਜਾਂਕਾ ਦਰਬਾਰ ਸਗਲ ਭਗਤ ਜਾਂਕਾ ਨਾਮ ਆਧਾਰ ਸਰਬ ਬਿਆਪਤ ਪੂਰਨ ਧਨੀ ਜਾਂਕੀ ਸੋਮਾ ਘਟ ਘਟ ਬਨੀ ਓ ਮੇਰੇ ਲਾਲਨ ਕੀ ਸੋਮਾ ਮੇਰੇ ਲਾਲਨ ਕੀ ਲਾਲਨ ਕੌਣ ਸਾਡਾ ਧੰਨ ਗੁਰੂ ਨਾਨਕ 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 ਵਾਹ ਵਾਹ ਸ਼ੁਕਰਾਨੇ ਉਹ ਧੰਨ ਧੰਨ ਗੁਰੂ ਨਾਨਕ ਜੀ
ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਨਵ ਤਨ ਮਨ ਰੰਗੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਗੁਰੂ ਮੈਂ 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 ਸਾਰੇ ਸਾਰੀਆਂ ਬਖਸ਼ਿਸ਼ਾਂ ਵਰਤੀਆਂ। ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਬੜਾ ਵੱਡਾ ਗੁਰੂ ਨਾਨਕ, ਬੜਾ ਵੱਡਾ, ਆਪ ਰੱਬ, ਆਪ ਪਰਮੇਸ਼ਰ, ਆਪ ਨਿਰੰਕਾਰ, ਅਸੀਂ ਕੋਈ ਹੋਰ ਰੱਬ ਨਹੀਂ ਲੱਭਣਾ, ਸਾਡੇ ਲਈ ਸਾਡਾ ਗੁਰੂ ਹੀ ਰੱਬ ਹੈ, ਸਾਡਾ ਗੁਰੂ ਹੀ ਪਰਮੇਸ਼ਰ ਹੈ।
ਉਸ ਰੱਬ ਨੂੰ ਭਾਵੇਂ ਗੁਰੂ ਨਾਨਕ ਕਹਿ ਲਓ, ਉਸ ਰੱਬ ਨੂੰ ਭਾਵੇਂ ਗੁਰੂ ਰਾਮਦਾਸ ਕਹਿ ਲਓ, ਉਸ ਰੱਬ ਨੂੰ ਭਾਵੇਂ ਗੁਰੂ ਗ੍ਰੰਥ ਸਾਹਿਬ ਕਹਿ ਲਓ, ਉਸ ਰੱਬ ਨੂੰ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਕਹਿ ਲਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨਾ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਏਡੇ ਵੱਡੇ ਗੁਰੂ ਨਾਨਕ, ਜੇ ਚਾਹੋ ਚਾਹੋ ਜੇ ਉਹ ਮੌਜ ਵਿੱਚ ਆ ਜਾਣ, ਨਦਰ ਦੇ ਖਾਤੇ ਖੋਲਣ ਤੇ ਆ ਜਾਣ, ਕੱਲ ਤੇ ਨਦਰ ਦੀ ਨਦਰ ਦੀ, ਜੇ ਉਹ ਬਖਸ਼ਿਸ਼ਾਂ ਵੰਡਣ ਤੇ ਆ ਜਾਣ, ਤੇ ਪਿਆਰਿਓ ਇੱਕ ਸਕਿੰਟ ਦਾ ਸਮਾਂ ਵੀ ਮੇਰੇ ਕਹਿਣ ਨੂੰ ਦੇਰੀ ਲੱਗਦੀ ਹੈ, ਸੈਕਿੰਡ ਵੀ ਬਹੁਤ ਵੱਡਾ ਹੈ, ਜੋ ਕਿਤੇ ਮੁੱਠਾਂ ਖੋਲਣ ਤੇ ਆ ਜਾਵੇ ਨਾ, ਇਹੋ ਇਹੋ ਜਿਹੀਆਂ ਦਾਤਾਂ ਨਾਲ ਵੀ ਨਿਵਾਜ ਦਿੰਦਾ ਜਿਹੜੀਆਂ ਬੰਦੇ ਨੇ ਕਦੀ ਸੋਚੀਆਂ ਵੀ ਨਹੀਂ ਹੁੰਦੀਆਂ। ਬੰਦਾ ਕਹਿੰਦਾ ਇਹ ਕੰਮ ਤੇ ਇੰਪੋਸੀਬਲ ਹੈ, ਇਹ ਤੇ ਅੜ ਚੁੱਕਾ ਕੰਮ, ਇਹ ਹੋਣਾ ਨਹੀਂ, ਪਰ ਬਾਬਾ ਕਹਿੰਦਾ ਤੂੰ ਹਥਿਆਰ ਸੁੱਟ ਦਿੱਤੇ, ਹੋਣਾ ਨਹੀਂ, ਮੈਂ ਕਰਕੇ ਰਹਿਣਾ। ਜਦ ਤੱਕ ਆਪਣੇ ਬਲ ਨਾਲ ਚੱਲ ਰਿਹਾ ਸੀ ਕਿ ਮੈਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਮੈਂ ਬਹਿ ਜਾ ਕਰਾ ਦੇਣੀ, ਮੈਂ ਤੇ ਆਹ ਕਰ ਦੇਣਾ, ਤੇਰਾ ਬਲ ਵਰਤ ਰਿਹਾ ਸੀ ਨਾ ਨਾਲ। ਹਿੰਮਤ ਕਰ, ਹਿੰਮਤ ਕਰ, ਹਿੰਮਤ ਕਰਨੀ ਨਹੀਂ ਛੱਡਣੀ, ਆਲਸੀ ਨਹੀਂ ਬਣਨਾ। ਪਰ ਬਾਬਾ ਕਹਿੰਦਾ ਜਿੱਥੇ ਆਪ ਹਿੰਮਤ ਕਰਨਾ ਨਾ, ਮੇਰਾ ਬਲ ਵੀ ਤੇ ਨਾਲ ਸ਼ਾਮਿਲ ਕਰਨਾ, ਤੇ ਮੇਰਾ ਬਲ ਮਿਲਣਾ ਹੀ ਉਦੋਂ ਹਿੰਮਤ ਦੇ ਨਾਲ ਨਾਲ, ਹਿੰਮਤ ਦੇ ਨਾਲ ਨਾਲ ਜਦੋਂ ਤੂੰ ਅੰਦਰੋਂ ਆਪਣਾ ਆਪ ਮੇਰੇ ਅੱਗੇ ਸਰੈਂਡਰ ਕਰਨਾ ਸ਼ੁਰੂ ਕਰ ਦੇਵੇਂਗਾ, ਅੰਦਰੋਂ ਹਥਿਆਰ ਸੁੱਟ ਦੇਵੇਂਗਾ। ਦੱਸਦੇ ਆ ਹਿੰਮਤ ਕਰਨੇ ਆ, ਉਹ ਮੇਰਾ ਕਰਮ ਹੈ, ਪਰ ਹਿੰਮਤ ਨੂੰ ਭਾਗ ਲਾਉਣਾ ਉਹ ਤੇਰੀ ਬਖਸ਼ਿਸ਼ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਓਰ ਨਾ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੇ ਗੁਰੂ ਨਾਨਕ ਦੇ ਕੰਧਾਰ ਸ਼ਹਿਰ ਦੇ ਵਿੱਚ ਚਰਨ ਪਏ, ਕੰਧਾਰ ਕੱਲ ਸੁਣਿਆ, ਜਦੋਂ ਕੰਧਾਰ ਦੇ ਵਿੱਚ ਚਰਨ ਪਏ ਨਾ, ਤੇ ਉੱਥੇ ਆਇਆ ਜੀ ਮਾਨ ਚੰਦ। ਮਾਨ ਚੰਦ ਜਦੋਂ ਬਾਪੂ ਨਾਨਕ ਦੇ ਕੋਲ ਆਇਆ ਕੰਧਾਰ ਵਿਖੇ, ਤੇ ਬਾਪੂ ਨਾਨਕ ਜੀ ਨਾ ਹੱਥ ਉੱਚਾ ਕਰਕੇ, ਜਿਵੇਂ ਇੱਕ ਦੋਸਤ ਦੂਜੇ ਦੋਸਤ ਨੂੰ ਕਈ ਵਾਰੀ ਕਰਦਾ ਨਾ, ਮਾਰਾ ਹੱਥ ਉੱਚਾ ਕਰਕੇ ਕਹਿੰਦੇ ਕਹਿੰਦੇ ਸੁੱਖ ਸਾਂਦ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਨਾਨਕ ਕੀ ਕਹਿੰਦੇ, ਭਾਈ ਵੀਰ ਸਿੰਘ ਜੀ ਨੇ ਬੜਾ ਪਿਆਰਾ ਇਹ ਜ਼ਿਕਰ ਲਿਖਿਆ, ਗੁਰੂ ਨਾਨਕ ਹੱਥ ਉੱਚਾ ਚੱਕ ਕੇ ਪਤਾ ਕੀ ਕਹਿੰਦੇ, ਕਹਿੰਦੇ ਸੁੱਖ ਸਾਂਦ, ਮਾਨ ਚੰਦ ਸੁੱਖ ਸਾਂਦ। ਉਹ ਕਹਿਣ ਲੱਗਾ ਬਾਬਾ ਮੈਂ ਤੈਨੂੰ ਪਹਿਲੀ ਵਾਰੀ ਮਿਲਿਆ। ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਮੈਂ ਪਹਿਲੀ ਵਾਰੀ ਮਿਲਿਆ, ਤੇ ਤੁਸੀਂ ਸੁੱਖ ਸਾਂਦ ਏਦਾਂ ਪੁੱਛਦੇ ਹੋ ਜਿਵੇਂ ਅਸੀਂ ਬੜੇ ਪਿਆਰੇ ਮਿੱਤਰ ਹੋਈਏ, ਤੁਸੀਂ ਸੁੱਖ ਸਾਂਦ ਮੈਨੂੰ ਏਦਾਂ ਪੁੱਛ ਰਹੇ ਹੋ ਜਿਵੇਂ ਮੈਂ ਤੁਹਾਡਾ ਬੜਾ ਪਿਆਰਾ ਮਿੱਤਰ ਹਾਂ, ਅਸੀਂ ਇੱਕ ਦੂਜੇ ਨੂੰ ਜਾਣਦੇ ਹੋਈਏ, ਏਦਾਂ ਤੇ ਹਾਲ ਚਾਲ ਉਹ ਹੀ ਪੁੱਛਦਾ ਜਿਹਦੀ ਬੜੀ ਪਿਆਰੀ ਮਿੱਤਰਤਾ ਹੀ ਹੋਵੇ, ਜਿਹਦੇ ਨਾਲ ਵਾਕਫੀ ਹੋਵੇ। ਤੇ ਉਸ ਵੇਲੇ ਕਹਿੰਦਾ ਅਸੀਂ ਤੇ ਮਹਾਰਾਜ ਦੋਵੇਂ ਜਾਣੇ ਇੱਕ ਦੂਜੇ ਨੂੰ ਪਹਿਲੀ ਵਾਰੀ ਮਿਲੇ ਆ, ਮੈਂ ਤੇ ਅੱਗੇ ਤੁਹਾਨੂੰ ਮਿਲਿਆ ਹੀ ਨਹੀਂ ਕਦੀ, ਪਹਿਲੀ ਵਾਰੀ ਮਿਲੇ ਆ। ਤੇ ਉਸ ਵੇਲੇ ਗੁਰੂ ਨਾਨਕ ਪਤਾ ਕੀ ਕਹਿੰਦੇ, ਕਹਿਣ ਲੱਗੇ ਮਾਨ ਚੰਦ ਤੂੰ ਸਾਨੂੰ ਨਹੀਂ ਜਾਣਦਾ ਪਰ ਅਸੀਂ ਤੈਨੂੰ ਜਾਣਦੇ ਹਾਂ, ਤੂੰ ਪੁਰਾਣਾ ਹੀ ਹੈ, ਤੂੰ ਸਾਨੂੰ ਨਹੀਂ ਜਾਣਦਾ ਅਸੀਂ ਤੈਨੂੰ ਜਾਣਦੇ ਹਾਂ, ਤੂੰ ਪੁਰਾਣਾ ਹੀ ਹੈ।
ਔਰ ਸੱਚਾਈ ਹੈ ਸੱਚਾਈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੱਜ ਨੇ ਅਸੀਂ ਵੀ ਬੇਟੀਆਂ ਨੂੰ ਸਾਰੇ ਪੁਰਾਣੇ ਚੱਲਦੇ ਆ ਰਹੇ ਹਾਂ ਪੁਰਾਣੇ ਪੂਰਵ ਜਨਮ ਕੇ ਮਿਲੇ ਸੰਜੋਗੀ ਸਾਰੇ ਪੁਰਾਣੇ ਚੱਲਦੇ ਆ ਰਹੇ ਕਿਤੇ ਪਹਿਲੇ ਵੀ ਇੰਨਾ ਕੀਰਤਨ ਕਰਦੇ ਹੋਵਾਂਗੇ ਤੁਸੀਂ ਸੁਣਦੇ ਹੋਵੋਗੇ ਪੁਰਾਣੇ ਨਵਾਂ ਕੋਈ ਨਹੀਂ ਆਉਂਦਾ ਸਾਰੇ ਪੁਰਾਣੇ ਹੀ ਆ ਬਸ ਸਮੇਂ ਸਮੇਂ ਮੁਤਾਬਕ ਮੇਲ ਮਿਲਾਪ ਹੁੰਦਾ ਚੱਲਦੇ ਪੁਰਾਣੇ ਹੀ ਆ ਰਹੇ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖ ਨਾਨਕ ਸਰ ਉਹਨਾਂ ਕੋਲ ਇੱਕ ਸੇਵਾਦਾਰ ਆਇਆ ਮਹਾਂਪੁਰਖ ਉਹਨੂੰ ਬੜਾ ਪਿਆਰ ਕਰਨ ਲੱਗ ਪਏ ਬੜਾ ਲਾਡ ਤੇ ਕਈ ਸੇਵਾਦਾਰ ਜਿਹੜੇ ਪੁਰਾਣੇ ਸੀ ਉਹ ਥੋੜੇ ਈਰਖਾ ਕਰਨ ਲੱਗ ਪਏ ਮਹਾਂਪੁਰਖ ਥੋੜੇ ਜਿਹੇ ਮਹੀਨਿਆਂ ਤੋਂ ਆਇਆ ਇੰਨੀ ਨੇੜਤਾ ਤੁਹਾਡੇ ਨਾਲ ਹੀ ਰਹਿੰਦਾ ਤੁਹਾਡੇ ਨਾਲ ਹੀ ਸਾਰੇ ਕਾਰਜ ਕਰਦਾ ਜਿੱਥੇ ਤੁਸੀਂ ਜਾਂਦੇ ਇਹਨੂੰ ਲੈ ਕੇ ਜਾਂਦੇ ਹੋ ਇਹ ਤਾਂ ਥੋੜੇ ਸਮੇਂ ਤੋਂ ਆਇਆ ਅਸੀਂ ਪੁਰਾਣੇ ਹਾਂ ਮਹਾਂਪੁਰਖ ਕਹਿੰਦੇ ਹੁਣ ਭਾਵੇਂ ਤੁਹਾਨੂੰ ਲੱਗਦਾ ਸਰੀਰਕ ਤੌਰ ਤੇ ਇਹ ਥੋੜੇ ਸਮੇਂ ਤੋਂ ਆਇਆ ਪਰ ਇਹ ਕਈ ਜਨਮਾਂ ਦਾ ਨਾਲ ਹੀ ਤੁਰਿਆ ਆ ਰਿਹਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਇਹ ਮਾਨ ਚੰਦ ਕਹਿੰਦਾ ਮਹਾਰਾਜ ਮੈਂ ਤੇ ਤੁਹਾਨੂੰ ਜਾਣਦਾ ਨੀ ਮਾਰੇ ਕਹਿੰਦੇ ਤੂੰ ਨੀ ਜਾਣਦਾ ਪਰ ਅਸੀਂ ਤੈਨੂੰ ਜਾਣਦੇ ਤੂੰ ਪੁਰਾਣਾ ਹੀ ਹੈ ਆਖੋ ਧੰਨ ਗੁਰੂ ਨਾਨਕ 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 ਮਹਾਰਾਜ ਨੇ ਅਗਲਾ ਬਚਨ ਪਤਾ ਕੀ ਕੀਤਾ ਕਹਿੰਦੇ ਮਾਨ ਚੰਦ ਇਹ ਸਾਰਾ ਜਗਤ ਬਿਨ ਸੰਹਾਰੇ ਪਰ ਕਿੱਡੀ ਹੈਰਾਨਗੀ ਦੀ ਗੱਲ ਹੈ ਫਿਰ ਵੀ ਅਸੀਂ ਜਗਤ ਦੇ ਨਾਲ ਪਿਆਰ ਕਰਨ ਵਿੱਚ ਲੱਗੇ ਹੋਏ ਹਾਂ ਇਹ ਸਾਰਾ ਜਗਤ ਬਿਨ ਸੰਹਾਰੇ ਕਿੱਡੀ ਹੈਰਾਨਗੀ ਦੀ ਗੱਲ ਫਿਰ ਵੀ ਅਸੀਂ ਜਗਤ ਦੇ ਨਾਲ ਪਿਆਰ ਕਰਨ ਤੇ ਲੱਗੇ ਹਾਂ ਮਹਾਰਾਜ ਕਹਿੰਦੇ ਮਾਨ ਚੰਦ ਜਿਹੜਾ ਰੰਗ ਸਦਾ ਰਹਿਣਾ ਨਾ ਉਹਦਾ ਫਿਕਰ ਕਰਿਆ ਕਰ ਬੜੀ ਪਿਆਰੀ ਗੱਲ ਹੈ ਮਹਾਰਾਜ ਕਹਿੰਦੇ ਜਿਹੜਾ ਰੰਗ ਸਦਾ ਰਹਿਣਾ ਨਾ ਉਹਦਾ ਫਿਕਰ ਕਰਿਆ ਕਰ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇ ਸਾਡੇ ਅੰਦਰ ਵੀ ਇਹ ਸਵਾਲ ਆ ਜਾਏਗਾ ਰੰਗ ਕਿਹੜਾ ਰਹਿਣਾ ਸਦਾ ਕੋਈ ਚੀਜ਼ ਤੇ ਸਦਾ ਰਹਿਣ ਵਾਲੀ ਨਜ਼ਰ ਨਹੀਂ ਆਉਂਦੀ ਤੇ ਮਾਨ ਚੰਦ ਵੀ ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਹੋ ਕਿ ਉਸ ਰੰਗ ਦਾ ਫਿਕਰ ਕਰ ਜਿਹੜਾ ਸਦਾ ਰਹਿਣਾ ਮੈਨੂੰ ਤੇ ਸਦਾ ਰਹਿਣ ਵਾਲੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਜਿਹੜਾ ਰੰਗ ਸਦਾ ਰਹਿਣਾ ਮੈਂ ਉਹਦਾ ਫਿਕਰ ਕਰਾਂ ਪਰ ਉਹ ਚੀਜ਼ ਮੈਨੂੰ ਨਜ਼ਰ ਹੀ ਨਹੀਂ ਆ ਰਹੀ ਜਿਹੜੀ ਸਦਾ ਵਾਸਤੇ ਟਿਕਣੀ ਹੈ ਸਦਾ ਵਾਸਤੇ ਰਹਿਣੀ ਹੈ ਮੈਂ ਆਪਣੀ ਜ਼ਿੰਦਗੀ ਨੂੰ ਬਸ ਇੱਥੋਂ ਤੱਕ ਤੋਰਿਆ ਕਿ ਸਦਾ ਲੋਕਾਂ ਦੀ ਭਲਾਈ ਕਰੀ ਚੱਲੀਏ ਮੈਂ ਬਸ ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਨੂੰ ਬਸ ਇੱਥੋਂ ਤੱਕ ਤੋਰਿਆ ਹੋਇਆ ਕਿ ਦੂਜਿਆਂ ਦਾ ਭਲਾ ਕਰੋ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਔਰ ਨ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਤੇ ਮਹਾਰਾਜ ਪਤਾ ਕੀ ਕਹਿੰਦੇ ਮਾਨ ਚੰਦ ਇੱਕ ਗੱਲ ਸੁਣ ਤੂੰ ਆਪਣੇ ਜੀਵਨ ਨੂੰ ਤੋਰਿਆ ਕਿ ਭਲਾਈ ਕਰਨੇ ਆ ਲੋਕਾਂ ਦੀ ਭਲਾਈ ਵਾਸਤੇ ਤੋਰਿਆ ਲੋਕਾਂ ਦਾ ਭਲਾ ਕਰਨੇ ਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਗੱਲ ਸੁਣ ਲੈ ਮਾਨ ਚੰਦ ਇਸ ਸਰੀਰ ਦੇ ਹੁੰਦਿਆਂ ਜਿਸ ਨੇ ਉਸ ਮਾਲਕ ਨਾਲ ਜਿਸ ਨੇ ਉਸ ਕਰਤਾਰ ਦੇ ਨਾਲ ਪਿਆਰ ਨਹੀਂ ਨਾ ਪਾਇਆ ਉਹ ਪਛਤਾਉਣਗੇ ਇਸ ਸਰੀਰ ਦੇ ਹੁੰਦਿਆਂ ਜਿਨ੍ਹਾਂ ਨੇ ਉਸ ਮਾਲਕ ਨਾਲ ਜਿਨ੍ਹਾਂ ਨੇ ਉਸ ਕਰਤਾਰ ਨਾਲ ਪਿਆਰ ਨਹੀਂ ਨਾ ਪਾਇਆ ਉਹ ਪਛਤਾਉਣਗੇ ਸਰੀਰ ਦੇ ਹੁੰਦਿਆਂ ਜਿਨ੍ਹਾਂ ਨੇ ਦਾਨ ਪੁੰਨ ਕੀਤੇ ਨੇ ਉਹਨਾਂ ਦੇ ਵੀ ਸਦਕੇ
ਜਿਨ੍ਹਾਂ ਨੇ ਭਲੇ ਦੇ ਕੰਮ ਕੀਤੇ ਨੇ ਉਹਨਾਂ ਦੇ ਵੀ ਸਦਕੇ। ਪਰ ਮਹਾਰਾਜ ਕਹਿੰਦੇ ਅੱਗੇ ਨਾਮ ਹੀ ਜਾਂਦਾ, ਅੱਗੇ ਨਾਮ ਹੀ ਜਾਂਦਾ। ਆ ਜਿਹੜੀਆਂ ਸੰਗਤ ਵਿੱਚ ਬਿਤਾਈਆਂ ਘੜੀਆਂ ਨੇ ਨਾ ਨਾਮ, ਇਹ ਅੱਗੇ ਇਹੋ ਹੀ ਚੀਜ਼ਾਂ ਜਾਣੀਆਂ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਰੀਰ ਦੇ ਵਿੱਚ ਆ ਕੇ ਪੁੰਨ ਦਾਨ ਕੀਤੇ ਨੇ ਉਹਨਾਂ ਦੇ ਸਦਕੇ, ਭਲਿਆਈ ਦੇ ਕੰਮ ਕੀਤੇ ਉਹਨਾਂ ਦੇ ਵੀ ਸਦਕੇ, ਪਰ ਅੱਗੇ ਨਾਮ ਹੀ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਨੇ ਸਰੀਰ ਦੇ ਹੁੰਦਿਆਂ ਕਰਤਾਰ ਨਾਲ ਪਿਆਰ ਨਹੀਂ ਪਾਇਆ, ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਉਹ ਪਛਤਾਉਣਗੇ। ਤੇ ਅੱਗੋਂ ਮਾਨ ਚੰਦ ਕਹਿੰਦਾ ਮਹਾਰਾਜ ਦੱਸੋ ਫਿਰ ਕੀ ਕਰਾਂ, ਫਿਰ ਕੀ ਕਰਾਂ, ਹੁਣ ਤੁਸੀਂ ਸੁਮਤ ਦੇ ਦਿਓ ਕੀ ਕਰਾਂ। ਤੇ ਮਹਾਰਾਜ ਪਤਾ ਕਹਿੰਦੇ, ਕਹਿਣ ਲੱਗੇ ਜਿਹੜੀਆਂ ਸਖੀਆਂ ਨੇ ਪਿਆਰ ਪਾਇਆ ਨਾ ਉਹਨਾਂ ਤੋਂ ਰਸਤਾ ਪੁੱਛ ਲੈ। ਗੱਲ ਬੜੀ ਪਿਆਰੀ ਹੈ। ਉਹ ਕਹਿੰਦਾ ਦੱਸੋ ਮਹਾਰਾਜ ਕਰਾਂ ਕੀ। ਹੁਣ ਤੁਸੀਂ ਕਹਿੰਦੇ ਹੋ ਕਰਤਾਰ ਨਾਲ ਪਿਆਰ ਜਿਹਨੇ ਨਹੀਂ ਪਾਇਆ, ਮਾਲਕ ਨਾਲ ਪਿਆਰ ਨਹੀਂ ਪਾਇਆ, ਉਹ ਪਛਤਾਉਣਗੇ, ਦੱਸੋ ਫਿਰ ਕਰਾਂ ਕੀ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਸਖੀਆਂ ਨੇ ਪਿਆਰ ਪਾਇਆ ਨਾ, ਜਿਨ੍ਹਾਂ ਸਖੀਆਂ ਨੇ ਉਹਨੂੰ ਰਜਾਇਆ ਉਹਨਾਂ ਤੋਂ ਪੁੱਛ ਲੈ, ਉਹਨਾਂ ਤੋਂ ਰਸਤਾ ਪੁੱਛ ਲੈ। ਜਿਨ੍ਹਾਂ ਸੁਹਾਗਣਾਂ ਨੇ ਸਖੀਆਂ ਨੇ ਪਿਆਰ ਪਾਇਆ ਉਹਨਾਂ ਤੋਂ ਰਸਤਾ ਪੁੱਛ ਲੈ। ਤੇ ਅੱਗੋਂ ਮਾਨ ਚੰਦ ਕਹਿੰਦਾ ਮਹਾਰਾਜ ਹੁਣ ਸੁਹਾਗਣਾਂ ਲੱਭਾਂ ਜਾ ਕੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੁਹਾਗਣਾਂ ਤੋਂ ਭਾਵ ਉਹ ਨਾਮ ਜਪਣ ਵਾਲੇ ਲੱਭੇ, ਸਖੀਆਂ ਲੱਭਾਂ ਜਾ ਕੇ ਜਿਨ੍ਹਾਂ ਨੇ ਪਿਆਰ ਪਾਇਆ। ਬਾਬਾ ਨਾਨਕ ਜੀ ਸਖੀਆਂ ਕਿੱਥੋਂ ਲੱਭਾਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਕਿੰਨਾ ਸਮਾਂ ਮੈਂ ਬਤੀਤ ਕਰ ਦਵਾਂ ਉਹ ਸੁਹਾਗਣਾਂ ਲੱਭਣ ਤੇ, ਦੱਸੋ ਸਖੀਆਂ ਹੁਣ ਕਿੱਥੋਂ ਲੱਭਾਂ। ਤੇ ਮੇਰੀ ਬੇਨਤੀ ਏ ਬਾਬਾ ਨਾਨਕ ਜੀ, ਤੁਹਾਡੇ ਅੱਗੇ ਮੈਂ ਜੋਦੜੀ ਕਰ ਰਿਹਾ, ਤੁਸੀਂ ਉਹੀ ਕੋਈ ਰਾਹ ਦੱਸ ਦਿਓ ਉਸ ਪਿਆਰੇ ਨੂੰ ਮੈਂ ਕਿਵੇਂ ਰਿਝਾਵਾਂ। ਹੁਣ ਸਖੀਆਂ ਲੱਭਣ ਤੇ ਮੈਂ ਸਮਾਂ ਆਪਣਾ ਬਤੀਤ ਕਰਾਂ, ਤੁਸੀਂ ਉਹੀ ਮੈਨੂੰ ਰਸਤਾ ਦੱਸ ਦਿਓ ਕਿ ਉਸ ਮਾਲਕ ਦੀ ਖੁਸ਼ੀ ਮੈਂ ਕਿਵੇਂ ਲਵਾਂ, ਉਸ ਪਿਆਰੇ ਨੂੰ ਕਿਵੇਂ ਰਿਝਾਵਾਂ। ਨਹੀਂ ਤੇ ਕਿੰਨੀ ਜ਼ਿੰਦਗੀ ਇਹਨਾਂ ਸਖੀਆਂ ਨੂੰ ਲੱਭਣ 'ਚ ਲੱਗ ਜਾਵੇਗੀ। ਤੁਸੀਂ ਆਪ ਹੀ ਕਿਰਪਾ ਕਰਕੇ ਮੈਨੂੰ ਸੁਮਤ ਦੇ ਦਿਓ। ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਔਰ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਮਹਾਰਾਜ ਗੁਰੂ ਨਾਨਕ ਨੇ ਉਸ ਵੇਲੇ ਇਹਨੂੰ ਤਿੰਨ ਬਚਨ ਦਿੱਤੇ। ਪਹਿਲਾ ਗੁਣ ਬਾਪੂ ਨਾਨਕ ਨੇ ਬਚਨ ਕੀਤਾ, ਕਹਿਣ ਲੱਗੇ ਪਹਿਲਾ ਮੁੱਖ ਗੁਣ ਹੈ ਜੇ ਚਾਹੁੰਦੇ ਹੋ ਨਾ ਉਹਨੂੰ ਰਿਝਾਣਾ ਤੇ ਪਿਆਰੇ ਦੇ ਹੁਕਮ ਨੂੰ ਪਛਾਣਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਸ ਪਿਆਰੇ ਦੇ ਹੁਕਮ ਨੂੰ ਪਛਾਣਨਾ, ਪਛਾਣਨਾ ਉਹਦਾ ਕਦੀ ਪਰਚਾ ਨਾ ਪਵੇ। ਹਰ ਪਰਚੇ ਚੋਂ ਸੀ ਫੇਲ ਸੀ ਫੇਲ ਨਾ ਫੇਲ ਹੀ ਰਹਿਣਾ। ਪਰ ਸਹਿਜ ਸੁਭਾਏ ਕਈ ਵਾਰੀ ਸਾਡੀ ਜ਼ਿੰਦਗੀ 'ਚ ਇਹੋ ਜਿਹੇ ਚਾਂਸ ਬੀਤਦੇ ਨੇ ਜਿਹੜੇ ਚਾਂਸ ਸਾਨੂੰ ਪਰਮੇਸ਼ਰ ਦੇ ਨੇੜੇ ਲੈ ਜਾਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜੇ ਚਾਂਸ ਸਾਡੇ ਮਨ ਨੂੰ ਨੀਵਾਂ ਕਰਨ ਦੇ ਲਈ ਪਰਮੇਸ਼ਰ ਕਰਦਾ, ਆਪ ਇੰਸੀਡੈਂਟ ਚਾਹੁੰਦਾ, ਉਹਨਾਂ ਨੂੰ ਪਛਾਣਿਆ ਕਰੋ। ਉਹਦੇ ਵਿੱਚ ਕਲਪਿਆ ਨਾ ਕਰੋ, ਕਲਪਨਾ ਨਹੀਂ ਹੈਂਜੀ, ਉਹਦੇ ਹੁਕਮ ਨੂੰ ਪਛਾਣਨਾ, ਹੁਕਮ ਨੂੰ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦੇ ਹੁਕਮ ਨੂੰ ਪਛਾਣਨਾ, ਮੰਨ ਲਓ ਕਿਸੇ ਨੂੰ ਸ਼ੂਗਰ ਹੋ ਗਈ, ਹੈਂਜੀ, ਬਾਬਾ ਸਭ ਨੂੰ ਬਚਾ ਕੇ ਰੱਖੇ, ਪਰ ਸਰੀਰ ਉਤਰਾਈਆਂ ਚੜ੍ਹਾਈਆਂ ਚੱਲਦੀਆਂ ਨੇ, ਛੋਟੇ ਛੋਟੇ ਬੱਚਿਆਂ ਨੂੰ ਹੋ ਜਾਂਦੀ ਹੈ। ਹੁਣ ਉਸ ਵੇਲੇ ਕਲਪਨਾ ਨਹੀਂ ਉਹਦੇ ਹੁਕਮ ਨੂੰ ਪਛਾਣਨਾ ਹੈ ਕਿ ਪਰਮੇਸ਼ਰ ਚਾਹ ਰਿਹਾ, ਲੱਗਦਾ ਚਾਹ ਰਿਹਾ ਕਿ ਮੈਂ ਵੀ ਘੱਟ ਖਾਣ ਵਾਲੀ ਪੌੜੀ ਚੜ੍ਹ ਜਾਵਾਂ।
ਕਿੰਨੀਆਂ ਚੀਜ਼ਾਂ ਤੇ ਮਠਿਆਈ ਦੇ ਉੱਤੇ ਕੰਟਰੋਲ ਹੋ ਜਾਏਗਾ, ਮਿੱਠੇ ਦੇ ਉੱਤੇ ਕੰਟਰੋਲ ਹੋ ਜਾਏਗਾ। ਪਰਮੇਸ਼ਰ ਚਾਹ ਰਿਹਾ ਕਲਪਨਾ ਉਹਦੇ ਹੁਕਮ ਨੂੰ ਪਛਾਣ। ਜੇ ਚਾਹੁੰਦੇ ਆ ਨਾ ਉਹਦੇ ਨਾਲ ਪਿਆਰ ਪਾਉਣਾ, ਉਹਨੂੰ ਰਿਝਾਉਣਾ, ਉਹਦੀ ਮਰਜ਼ੀ ਦੇ ਨਾਲ ਆਪਣੀ ਮਰਜ਼ੀ ਨੂੰ ਮਿਲਾਉਣਾ ਸ਼ੁਰੂ ਕਰ ਦਿਓ। ਉਹਦੀ ਮਰਜ਼ੀ ਨਾਲ ਜੋ ਤੇਰੀ ਖੁਸ਼ੀ ਵੋ ਮੇਰੀ ਖੁਸ਼ੀ, ਕਹੋ ਜੋ ਤੇਰੀ ਖੁਸ਼ੀ ਵੋ ਮੇਰੀ ਖੁਸ਼ੀ, ਸਾਰੇ ਕਹੋ ਜੋ ਤੇਰੀ ਖੁਸ਼ੀ ਵੋ ਮੇਰੀ ਖੁਸ਼ੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਾਬਾ ਨਾਮ ਸਿੰਘ ਜੀ ਕਿਸੇ ਵੀ ਜਗ੍ਹਾ ਦਾ ਨੀਂਹ ਪੱਥਰ ਨਹੀਂ ਰੱਖਿਆ। ਇੱਕ ਗੁਰੂ ਘਰ ਦੀ ਇੱਟ ਰੱਖਣ ਵਾਸਤੇ ਪ੍ਰਬੰਧਕਾਂ ਨੇ ਬੜਾ ਜ਼ੋਰ ਪਾਇਆ, ਮਹਾਂਪੁਰਖ ਚਲੇ ਗਏ। ਜਦੋਂ ਗਏ ਇੱਟ ਰੱਖਤੀ, ਜਦੋਂ ਇੱਟ ਰੱਖੀ ਨਾ ਅਰਦਾਸ ਕਰਕੇ, ਤੇ ਉਹ ਮਿਸਤਰੀ ਸੀ ਥੋੜਾ ਜਿਹਾ ਅਣਜਾਣ, ਉਹਨੂੰ ਨਹੀਂ ਸੀ ਪਤਾ ਕਿ ਮਹਾਂਪੁਰਖ ਜਿਵੇਂ ਵੀ ਕਿਵੇਂ ਇੱਟ ਰੱਖਦੇ, ਉਹਨੂੰ ਕਦੀ ਵੀ ਹਿਲਾਉਣਾ ਨਹੀਂ ਚਾਹੀਦਾ। ਉਹਦੇ ਉੱਤੇ ਸੀਮਿੰਟ ਪਾਇਆ, ਬਾਕੀ ਉਹ ਸਾਰੀ ਜਿਵੇਂ ਕਰਨੀ ਉੱਪਰ ਕਰਦੇ ਰਹੋ, ਪਰ ਉਹ ਚੀਜ਼ ਨੂੰ ਨਹੀਂ ਹਿਲਾਉਣਾ ਚਾਹੀਦਾ। ਮਿਸਤਰੀ ਸੀ ਅਣਜਾਣ, ਮਹਾਂਪੁਰਖਾਂ ਰੱਖੀ ਇੱਟ, ਉਹਨੇ ਇੱਟ ਚੱਕ ਕੇ ਨਾ ਆਪਣੇ ਹਿਸਾਬ ਨਾਲ ਸਿੱਧੀ ਕਰਨੀ ਸ਼ੁਰੂ ਕਰਤੀ। ਬਾਬਾ ਨਾਨਕ ਸਿੰਘ ਜੀ ਕਹਿੰਦੇ, ਮਿਸਤਰੀ ਆ ਕੀ ਕੀਤਾ, ਇੱਕ ਦੋ ਸਕਿੰਟਾਂ ਲਈ ਆਈ ਗੱਲ, ਕਹਿੰਦੇ ਆ ਕੀ ਕੀਤਾ, ਇੱਟ ਹਿਲਾਤੀ ਤੇ ਨਾਲ ਹੀ ਉਹਦੀ ਮਰਜ਼ੀ ਨਾਲ ਮਰਜ਼ੀ ਮਿਲਾਈ, ਉਹਦੇ ਹੁਕਮ ਨੂੰ ਪਛਾਣ ਲਿਆ। ਆ ਜੇ ਸੁਹਾਗਣਾ ਦੀਆਂ ਨਿਸ਼ਾਨੀਆਂ, ਕਲਪੇ ਨਹੀਂ ਉਹਦੇ ਹੁਕਮ ਨੂੰ ਪਛਾਣਿਆ। ਕਹਿੰਦੇ ਮਿਸਤਰੀ ਤੂੰ ਇੱਟ ਹਿਲਾਈ, ਕਸੂਰ ਤੇਰਾ ਨਹੀਂ ਕੋਈ, ਤੂੰ ਜਿਹੜੀ ਇੱਟ ਹਿਲਾਤੀ ਹੈ ਨਾ, ਇਹ ਚ ਤੇਰਾ ਕਸੂਰ ਕੋਈ ਨਹੀਂ। ਲੱਗਦਾ ਸਾਡੀ ਰੱਖੀ ਹੋਈ ਇੱਟ ਗੁਰੂ ਨਾਨਕ ਨੂੰ ਚੰਗੀ ਨਹੀਂ ਲੱਗੀ, ਲੱਗਦਾ ਸਾਡੀ ਰੱਖੀ ਹੋਈ ਇੱਟ ਗੁਰੂ ਨਾਨਕ ਜੀ ਨੂੰ ਚੰਗੀ ਨਹੀਂ ਲੱਗੀ। ਅੱਜ ਰੱਖੀ ਹੈ, ਅੱਜ ਤੋਂ ਬਾਅਦ ਰੱਖਣੀ ਕੋਈ ਨਹੀਂ। ਇਦਾਂ ਪਰਮੇਸ਼ਰ ਦੀ ਮਰਜ਼ੀ ਨਾਲ ਮਰਜ਼ੀ ਰਲਾਉਣੀ, ਉਹਦੇ ਹੁਕਮ ਨੂੰ ਪਛਾਣਨਾ, ਜਿਹਨੂੰ ਰਝਾਉਣਾ ਹੈ ਨਾ, ਫਿਰ ਉਹਦੀ ਮਰਜ਼ੀ ਨਾਲ ਮਰਜ਼ੀ ਮਿਲਾ। ਦੱਸੋ ਬੱਚਾ ਕਿਹੜਾ ਖੁਸ਼ੀ ਲੈਂਦਾ ਮਾਪਿਆਂ ਦੀ, ਜਿਹੜਾ ਮਾਪਿਆਂ ਦੀ ਮਰਜ਼ੀ ਨਾਲ ਮਰਜ਼ੀ ਮਿਲਾਵੇ, ਜਿਹੜਾ ਉਹਨਾਂ ਦੇ ਹੁਕਮ 'ਚ ਚੱਲੇ। ਗੁਰੂ ਅਮਰਦਾਸ ਪਾਤਸ਼ਾਹ ਨੇ ਭਾਈ ਜੇਠੇ ਨੂੰ ਇੱਦਾਂ ਹੀ ਤੇ ਚੈੱਕ ਕੀਤਾ ਸੀ ਵੀ ਸਵਾਲ ਜਵਾਬ ਕਰਦਾ ਕਿ ਨਹੀਂ ਕਰਦਾ। ਜਦੋਂ ਭਾਈ ਰਾਮਾ ਜੀ, ਭਾਈ ਜੇਠਾ ਜੀ ਕਹਿੰਦੇ ਥੜੇ ਬਣਾਓ, ਉਹਨਾਂ ਨੇ ਬਣਾ ਦਿੱਤੇ। ਮਹਾਰਾਜ ਕਹਿੰਦੇ ਨਹੀਂ ਬਣੇ ਵਧੀਆ, ਜਿਹੋ ਜਿਹੇ ਕਹੋ ਜਿਹੇ ਨੇ ਢਾਓ, ਢਾਤੇ ਦੂਜੀ ਵਾਰੀ, ਤੀਜੀ ਵਾਰੀ, ਤੀਜੀ ਚੌਥੀ ਵਾਰੀ ਭਾਈ ਰਾਮਾ ਜੀ ਕਾਲੇ ਪੈ ਗਏ ਸੀ। ਮਹਾਰਾਜ ਜਿਹੋ ਜਿਹਾ ਕਹਿ ਕੇ ਜਾਂਦੇ, ਅਸੀਂ ਤੇ ਉਹੋ ਜਿਹੇ ਬਣਾਉਂਦੇ ਹਾਂ, ਤੁਸੀਂ ਭੁੱਲ ਜਾਂਦੇ ਹੋ। ਪਰ ਭਾਈ ਜੇਠਾ ਜੀ ਕਾਲੇ ਨਹੀਂ, ਭਾਈ ਮਰਜ਼ੀ ਨਾਲ ਮਰਜ਼ੀ ਰਲਾਤੀ, ਹੁਕਮ ਨੂੰ ਪਛਾਣ ਰਹੇ ਨੇ। ਸੁਹਾਗਣਾ ਦੀਆਂ ਨਿਸ਼ਾਨੀਆਂ ਨੇ ਅੱਗੋਂ ਕਿੰਤੂ ਪ੍ਰੰਤੂ ਹੁੰਦਾ ਹੀ ਨਹੀਂ, ਅੱਖਾਂ ਨੀਵੀਆਂ ਰਹਿੰਦੀਆਂ ਨੇ, ਕਿੰਤੂ ਪ੍ਰੰਤੂ ਤੇ ਹੈ ਹੀ ਨਹੀਂ। ਮਹਾਰਾਜ ਕਹਿੰਦੇ ਜਿਹੋ ਜਿਹਾ ਕਿਹੋ ਜਿਹਾ ਨਹੀਂ ਬਣਿਆ, ਜੇਠਿਆ ਕਿਹੋ ਜਿਹਾ ਬਣਾਇਆ। ਉਸੇ ਵੇਲੇ ਹੱਥ ਜੁੜੇ, ਨੇਤਰ ਮਹਾਰਾਜ ਦੇ ਹਰ ਵੇਲੇ ਬੈਰਾਗ ਚ ਉਦਾਂ ਹੀ ਭਰੇ ਰਹਿੰਦੇ ਸੀ। ਮਹਾਰਾਜ ਕਹਿਣ ਲੱਗੇ, ਗੁਰੂ ਅਮਰਦਾਸ ਜੀ ਸਾਹਿਬ ਜੀ, ਤੁਸੀਂ ਨਿਰੰਕਾਰ ਹੋ, ਮੈਂ ਸੰਸਾਰੀ ਜੀਵ, ਤੁਸੀਂ ਅਭੁੱਲ ਹੋ, ਮੈਂ ਭੁੱਲਾਂ ਕਰਨ ਵਾਲਾ, ਤੁਸੀਂ ਸਰਬੱਗ ਹੋ, ਮੈਂ ਅਪੱਗ ਜੀਵ, ਮੈਂ ਅਲਪੱਗ ਜੀਵ। ਮਹਾਰਾਜ ਜਿਹੋ ਜਿਹਾ ਤੁਸੀਂ ਥੋੜਾ ਕਹਿੰਦੇ ਹੋ ਨਾ, ਬਣਾਉਣ ਲਈ ਮੈਂ ਬੜੀ ਵਾਰੀ ਕੋਸ਼ਿਸ਼ ਕਰਦਾ ਉਹੋ ਜਿਹਾ ਬਣੇ, ਪਰ ਮੇਰੇ ਕੋਲ ਬਣ ਨਹੀਂ ਪਾ ਰਿਹਾ। ਗੁਰੂ ਸਾਹਿਬ ਜੀ, ਨਿਰੰਕਾਰ ਦਾਤਾ ਜੀ ਆਪ ਹੀ ਮੇਰੇ ਸਿਰ ਤੇ ਹੱਥ ਰੱਖ ਕੇ ਜਿਹੋ ਜਿਹਾ ਬਣਵਾਉਣਾ ਚਾਹੁੰਦੇ ਹੋ ਨਾ, ਉਹੋ ਜਿਹਾ ਆਪ ਹੀ ਬਣਵਾ ਲਓ। ਮਹਾਰਾਜ ਨੇ ਗੱਲ ਨਾਲ ਲਾ ਲਿਆ, ਕਹਿੰਦੇ ਜੇਠਿਆ ਥੜਾ ਨਹੀਂ ਵੇਖਦੇ ਸੀ, ਅਸੀਂ ਤੇ ਵੇਖਦੇ ਸੀ ਉਹ ਕਿਹੜਾ ਖਿਰਦੇ ਰੂਪੀ ਥੜਾ, ਜਿੱਥੇ ਗੁਰੂ ਨਾਨਕ ਦੀ ਜੋਤ ਨੂੰ ਟਿਕਾਉਣਾ, ਉਹ ਥੜਾ ਲੱਭ ਗਿਆ।
ਵੇਖੋ ਇਹ ਪਹਿਲੀ ਨਿਸ਼ਾਨੀ ਪਹਿਲਾ ਮੁੱਖ ਗੁਣ ਹੈ ਉਹਦੇ ਹੁਕਮ ਨੂੰ ਪਛਾਣਨਾ ਕਿ ਮਾਲਕ ਮੇਰਾ ਚਾਹ ਕੀ ਰਿਹਾ ਫਿਰ ਵੇਗ ਸਾਰਾ ਮੋੜ ਹੀ ਉਧਰ ਦੇਣਾ ਕਿ ਮੇਰਾ ਮਾਲਕ ਕੀ ਚਾਹ ਰਿਹਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਔਰ ਨ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਦੂਜਾ ਮੁੱਖ ਗੁਣ ਜੇ ਉਹਨੂੰ ਰਝਾਉਣਾ ਹੈ ਨਾ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਨਾਮ 'ਚ ਲਿਵ ਲਗਾਉਣੀ ਆਉਂਦਿਆਂ ਜਾਂਦਿਆਂ ਉੱਠਦਿਆਂ ਬਹਿੰਦਿਆਂ ਕੋਸ਼ਿਸ਼ ਕਰੀਏ ਵਿਹਲਾ ਸਮਾਂ ਮਿਲ ਗਿਆ ਕੋਸ਼ਿਸ਼ ਕਰੀਏ ਉਹਦੇ ਨਾਮ ਵੱਲ ਧਿਆਨ ਉਹਦੀ ਬੰਦਗੀ ਵੱਲ ਉਹਦੀ ਬਾਣੀ ਵੱਲ ਧਿਆਨ ਕਰੀਏ ਇਹ ਦੂਜਾ ਮੁੱਖ ਗੁਣ ਹੈ ਹੈਂਜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਜਾ ਰਹੇ ਹਾਂ ਨਾ ਚਲਾਉਣ ਦਾ ਯਤਨ ਕਰੀਏ ਅੰਦਰ ਕੀ ਵਾਹਿਗੁਰੂ 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 ਦੂਜਾ ਮੁੱਖ ਗੁਣ ਨਾਮ 'ਚ ਲਿਵ ਲਾਉਣੀ ਨਾਮ 'ਚ ਵਿਹਲਾ ਸਮਾਂ ਮਿਲ ਗਿਆ ਨਾ ਐਵੇਂ ਵਟਸਐਪ ਤੇ ਫੇਸਬੁੱਕਾਂ ਤੇ ਜਾਇਆ ਨਾ ਗਵਾਓ ਕੋਸ਼ਿਸ਼ ਕਰੋ ਸਮੇਂ ਦੇ ਵਿੱਚ ਦੋ ਪੜ੍ਹ ਜਪਜੀ ਸਾਹਿਬ ਕਰ ਲਈਏ ਇੱਕ ਸੁਖਮਨੀ ਸਾਹਿਬ ਦੀ ਹਾਜ਼ਰੀ ਲਾ ਲਈਏ ਪੰਜ ਪੜ੍ਹ ਜਪਜੀ ਸਾਹਿਬ ਦੀ ਹਾਜ਼ਰੀ ਲਾ ਉਹ ਕੁਝ ਨਹੀਂ ਕਰ ਸਕਦੇ ਵਾਹਿਗੁਰੂ ਵਾਹਿਗੁਰੂ ਤੇ ਕਰ ਸਕਦੇ ਹਾਂ ਨਾ ਕਰ ਲਿਆ ਕਰ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਕਿਹਾ ਕਰੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਕਹਿ ਦਿਆ ਕਰੋ ਧੰਨ ਬਾਬਾ ਦੀਪ ਸਿੰਘ ਜੀ ਇਹਦਾ ਨਾਮ 'ਚ ਲਿਵ ਲਾਉਣੀ ਦੂਜਾ ਮੁੱਖ ਗੁਣ ਹੈ ਤੇ ਤੀਜਾ ਮੁੱਖ ਗੁਣ ਮਹਾਰਾਜ ਨੇ ਕਿਹਾ ਪਿਆਰੇ ਦੇ ਭੈ ਵਿੱਚ ਰਹਿਣਾ ਪਿਆਰੇ ਦੇ ਭੈ ਵਿੱਚ ਅਸੀਂ ਭੈ 'ਚ ਨਹੀਂ ਰਹਿੰਦੇ ਆ ਸੀਸੀਟੀਵੀ ਕੈਮਰੇ ਜਿੱਥੇ ਲੱਗੇ ਹੁੰਦੇ ਨਾ ਬੰਦਾ ਥੋੜ੍ਹਾ ਸਾਵਧਾਨਤਾ ਦੇ ਨਾਲ ਕੰਮ ਕਰਦਾ ਹੈ ਕੈਮਰਾ ਲੱਗਾ ਹੈ ਮੈਂ ਇੱਥੇ ਕੋਈ ਦੂਜੀ ਹਰਕਤ ਨਹੀਂ ਕਰਨੀ ਕੋਈ ਚੋਰੀ ਨਹੀਂ ਕਰਨੀ ਦੁਕਾਨਦਾਰ ਨੇ ਮੈਨੂੰ ਫੜ ਲੈਣਾ ਸੁਣਿਓ ਉਹ ਸੀਸੀਟੀਵੀ ਕੈਮਰਿਆਂ ਦਾ ਭੈ ਹੈ ਪਰ ਮਹਾਰਾਜ ਕਹਿੰਦੇ ਉਹਦੇ ਨਿਰਮਲ ਭੈ ਦੇ ਵਿੱਚ ਰਹਿ ਜਿਹਦਾ ਕੈਮਰਾ ਹਰ ਵੇਲੇ ਤੇਰੇ ਉੱਤੇ ਫਿੱਟ ਹੈ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ ਹਾਂਜੀ ਉਹ ਖਰਾਬ ਹੋ ਸਕਦੇ ਨੇ ਪਰ ਇਹਦਾ ਕੈਮਰਾ ਕਦੀ ਖਰਾਬ ਨਹੀਂ ਹੋਣਾ ਫਿਲਮ ਜਦੋਂ ਇਹਨੇ ਚਲਾਉਣੀ ਹੈ ਨਾ ਤੇਰੇ ਸਾਹਮਣੇ ਚਲਾ ਦੇਣੀ ਤੂੰ ਕਹਿਣਾ ਮੈਂ ਤੇ ਇਹ ਕੰਮ ਕੀਤਾ ਨਹੀਂ ਇਹਨੇ ਫਿਲਮ ਚਲਾ ਦੇਣੀ ਆ ਵੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆ ਤੇਰੀਆਂ ਚੀਜ਼ਾਂ ਤੇਰੇ ਸਾਹਮਣੇ ਨੇ ਇਹਦੇ ਕੈਮਰੇ ਦੇ ਵਿੱਚ ਕਦੀ ਪ੍ਰੋਬਲਮ ਨਹੀਂ ਆਉਂਦੀ ਇਹਦੇ ਕੈਮਰੇ ਦੇ ਵਿੱਚ ਕਦੀ ਮੁਸ਼ਕਲ ਨਹੀਂ ਆਉਂਦੀ ਖਰਾਬ ਨਹੀਂ ਹੁੰਦਾ ਉਹਦੇ ਨਿਰਮਲ ਭੈ ਦੇ ਵਿੱਚ ਰਹੀਏ ਨਿਰਮਲ ਭੈ ਦੇ ਵਿੱਚ ਕਿ ਮੈਨੂੰ ਵੇਖ ਰਿਹਾ ਮੈਨੂੰ ਵੇਖ ਰਿਹਾ ਮੇਰਾ ਸਾਹਿਬ ਔਰ ਤੁਸੀਂ ਸਿਆਣੇ ਹੋ ਜਿਹੜਾ ਉਹਦੇ ਨਿਰਮਲ ਭੈ ਦੇ ਵਿੱਚ ਰਹੇਗਾ ਕਿ ਮੇਰਾ ਮਾਲਕ ਮੈਨੂੰ ਵੇਖ ਰਿਹਾ ਕਦੀ ਕਿਸੇ ਨਾਲ ਧੋਖਾ ਨਹੀਂ ਕਰੇਗਾ ਕਦੀ ਕਿਸੇ ਨਾਲ ਹੇਰਾ ਫੇਰੀ ਨਹੀਂ ਕਰੇਗਾ ਕਦੀ ਕਿਸੇ ਦੀ ਪਿੱਠ ਵਿੱਚ ਛੁਰੀ ਨਹੀਂ ਮਾਰੇਗਾ ਨਹੀਂ ਮਾਰੇਗਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇਹ ਤਿੰਨ ਬਚਨ ਮਹਾਰਾਜ ਨੇ ਦਿੱਤੇ ਮੈਂ ਬਿਲਕੁਲ ਸੰਖੇਪ ਚ ਬੋਲੇ ਨੇ ਸੰਖੇਪ ਚ ਤੇ ਇਹ ਤਿੰਨੇ ਬਚਨ ਨਾ ਇਹਦੇ ਅੰਦਰ ਤੀਰ ਵਾਂਗੂ ਵੱਜੇ ਮਾਨ ਚੰਦ ਦੇ ਤੇ ਮਹਾਰਾਜ ਨੂੰ ਪਤਾ ਕੀ ਕਹਿੰਦਾ ਮਹਾਰਾਜ ਅੰਦਰ ਅਸਰ ਕਰ ਗਏ ਬਚਨ ਉਹ ਮਹਾਰਾਜ ਨੇ ਕਿਰਪਾ ਕਰਤੀ ਤੇ ਮਹਾਰਾਜ ਨੂੰ ਪਤਾ ਕੀ ਕਹਿੰਦਾ ਮਹਾਰਾਜ ਜਾਣ ਲੱਗੇ ਆਪਣੀ ਕੋਈ ਨਿਸ਼ਾਨੀ ਵੀ ਤੇ ਦੇ ਕੇ ਜਾਓ ਜੀ ਆਪਣੀ ਯਾਦਗਾਰ ਦੇ ਜੋ ਆਖੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਮਹਾਰਾਜ ਆਪਣੀ ਕੋਈ ਨਿਸ਼ਾਨੀ ਦੇ ਜੋ ਆਪਣੀ ਕੋਈ ਯਾਦਗਾਰ ਦੇ ਜੋ ਤੇ ਮਹਾਰਾਜ ਨੇ ਹੱਥ ਵਿੱਚ ਉਹ ਡੰਡਾ ਪਕੜਿਆ ਸੀ ਮਹਾਰਾਜ ਨੇ ਨਾ ਆਪਣਾ ਡੰਡਾ ਇਹਨੂੰ ਦੇ ਦਿੱਤਾ ਕਹਿੰਦੇ ਆਹ ਲੈ ਫੜ ਸਾਡੇ ਵੱਲੋਂ ਸਾਡੀ ਯਾਦਗਾਰ ਤੇ ਹੁਣ ਸੁਣਿਓ ਭਾਈ ਵੀਰ ਸਿੰਘ ਜੀ ਲਿਖਦੇ ਕਹਿੰਦੇ ਇਹਨੇ ਮਹਾਰਾਜ ਦੇ ਹੱਥਾਂ ਦਾ ਡੰਡਾ ਫੜਿਆ ਸਤਕਾਰ ਦੇ ਨਾਲ ਆਪਣੇ ਮੱਛੇ ਨੂੰ ਲਾਇਆ
ਮੱਥੇ ਦੇ ਉੱਤੇ ਉਹ ਡੰਡਾ ਲਾਉਣ ਦੀ ਦੇਰ ਸੀ, ਮਹਾਰਾਜ ਨੇ ਅੰਦਰ ਨਾਮ ਚਲਾਤਾ ਤੇ ਬ੍ਰਹਮ ਗਿਆਨ ਦੀ ਦਾਤ ਝੋਲੀ ਪਾਤੀ। ਮਹਾਰਾਜ ਦੇ ਉਸ ਡੰਡੇ ਦਾ ਸਦਕਾ ਜਿਹੜਾ ਮਸਤਕ ਤੇ ਲਾਇਆ ਉਹਦੇ ਸਦਕਾ ਬ੍ਰਹਮ ਗਿਆਨ ਦੀ ਦਾਤ ਮਾਰਨ, ਜਿਹੜੀ ਦਾਤ ਨੂੰ ਲੈਣ ਲਈ ਪਿਆਰੇ ਹੋ ਜੋਗੀ ਕਈ ਕਈ ਸਾਲ ਤਰਸਦੇ ਨੇ, ਭਟਕਦੇ ਨੇ, ਬੰਦਗੀ ਕਰਦੇ ਨੇ, ਉਹ ਮਹਾਰਾਜ ਚਾਹੁਣ ਇੱਕ ਸਕਿੰਟ ਦੇ ਵਿੱਚ ਇਹੋ ਜਿਹੀਆਂ ਦਾਤਾਂ ਦੇ ਨਾਲ ਝੋਲੀਆਂ ਭਰ ਸਕਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਔਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਸੀਂ ਜਿੰਨੇ ਬੈਠੇ ਹਾਂ ਨਾ, ਅਸੀਂ ਵੀ ਭਾਵਨਾ ਬਣਾ ਲਈਏ। ਗੁਰੂ ਨਾਨਕ ਜੀ ਦਾ ਆਗਮਨ ਪੁਰਬ ਬਤੀਤ ਹੋਇਆ, ਅਸੀਂ ਹੁਣ ਗੁਰੂ ਨਾਨਕ ਜੀ ਦਾ ਡੰਡਾ ਕਿੱਥੋਂ ਲੱਭਣਾ, ਅਸੀਂ ਖੜਾਂ ਕਿੱਥੋਂ ਲੱਭਣੀ, ਅਸੀਂ ਮਾਲਕ ਦਾ ਜੋੜਾ ਕਿੱਥੋਂ ਲੱਭਣਾ। ਪਿਆਰਿਓ ਇਹ ਮੇਰੀ ਬੇਨਤੀ ਏ, ਸੰਗਤ ਵਿੱਚ ਬਹਿ ਕੇ ਸੰਗਤ ਦੀ ਕਿਰਪਾ ਦਾ ਡੰਡਾ ਆਪਣੇ ਸਿਰ ਤੇ ਰੱਖ ਲਿਆ ਕਰੋ, ਭਾਵਨਾ ਬਣਾ ਲਿਆ ਕਰੋ। ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦਾ ਡੰਡਾ ਆਪਣੇ ਨਾਲ ਸਰਸਿਆ ਕਰੋ ਕਿ ਮਹਾਰਾਜ ਦਾ ਡੰਡਾ ਮੇਰੇ ਸਿਰ ਦੇ ਉੱਤੇ ਹੈ। ਹਾਂਜੀ, ਮਹਾਰਾਜ ਜੀ ਦੀ ਨਜ਼ਰ ਦਾ ਡੰਡਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਹ ਹਰ ਵੇਲੇ ਕੋਲ ਮਹਿਸੂਸ ਕਰਿਆ ਕਰੋ, ਫਿਰ ਵੇਖਿਓ ਜਿੱਧਰ ਜਾਓਗੇ ਨਾ ਉਹਦੀਆਂ ਬਖਸ਼ਿਸ਼ਾਂ ਦੇ ਪਹਿਰੇ ਤੁਹਾਡੇ ਨਾਲ ਨਾਲ ਤੁਰਨਗੇ, ਤੋ ਗੁਰੂ ਕਿਰਪਾ ਕਰੇ। ਕੀਰਤਨ ਦੀ ਸਮਾਪਤੀ ਅਖੀਰ ਤੇ ਅਸੀਂ ਦੋ ਤਿੰਨ ਮਿੰਟ ਰੋਜ਼ ਪੜ੍ਹਦੇ ਹਾਂ ਸ਼ੁਕਰਾਨੇ ਦੇ ਵਿੱਚ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ, ਪੜ੍ਹ ਲਓ ਫਿਰ ਸਮਾਪਤੀ ਕਰਾਂਗੇ ਕੁਟਾਨ ਕੋਟ ਸ਼ੁਕਰਾਨਾ। ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਰਾਮਦਾਸ ਜੀ, ਗੁਰੂ ਹਰਗੋਬਿੰਦ ਸਾਹਿਬ ਮਾਂ ਕੌਲਾਂ ਜੀ ਦਾ, ਬਾਬਾ ਦੀਪ ਸਿੰਘ ਜੀ, ਬਾਬਾ ਅਨੰਦ ਸਿੰਘ ਜੀ, ਭਾਈ ਸਾਹਿਬ ਜੀ, ਗੁਰਕਿਰਪਾਲ ਸਿੰਘ ਜੀ, ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਸਾਰੀ ਸੇਵਾ ਲਈ ਸਾਨੂੰ ਸਟੇਜ ਤੇ ਬਹਿਣ ਜੋਗਾ ਬਣਾਇਆ, ਤੁਹਾਡੇ ਸਾਰਿਆਂ ਦਾ ਸ਼ੁਕਰਾਨਾ। ਗੁਰੂ ਮੇਹਰ ਕਰੇ, ਆਓ ਇੱਕ ਵਾਰੀ ਇਹ ਸਾਰੀ ਸੰਗਤ ਸ਼ੁਕਰਾਨਾ ਕਰ ਲਓ। ਪੂਰੀ ਹੋਈ ਬ੍ਰਹਮ ਕਰ ਨਮਸ ਤਾਰਿਆਂ
18 दिसंबर जरूर हाजरियां भरियो। किसी प्रेमी ने किसी परिवारक मैंबर ने एक भी समागम गैर हाजरी नहीं करनी। मेरा बाहर जाण दा प्रोग्राम सी न्यूजीलैंड, मैं आप कैंसल किया, मेरा मन नहीं मनिया। मैं चलो उधरलिया संगतं बहुत कह रही ने बंबई दियां, तो यह दिन बनते ने 13 to 18 दिसंबर मुंबई वक् वक् गुरु घर समागम ने। जेड़े उधरले प्रेमी जरूर दर्शन दे आ जाए, किसी भी प्रोग्राम च गैर हाजरी ना करो और इस मैसेज न अगे तो अगे अगे तो अगे शेयर करो। अगली जी पाठा की अरदास, क्योंकि दो बारी साल च उपराला होंगे, एक गुरु रामदास जी के गुरपुरब से एक बाबा दीप सिंह जी के आगमन दिन। बाबा दीप सिंह जी का आगमन दिन मनाउणा है 27 जनवरी नूं इत्थे चुपहरे च। हुण घर जाणा है, घर जांदिआं ही नवीआं कापीआं हुण ला लो फिर दुबारा, उहनां च रोज दी गिणती लिखणी शुरू कर दिओ। इन्ने पाठ जपजी साहिब, इन्ने सुखमनी साहिब जां सहज पाठ, जो भी तुसीं बाणी पढ़नी नित नेम तों इलावा, 27 जनवरी नूं हुण बाबा दीप सिंह जी दे आगमन पुरब की खुशी दे विच इत्थे अरदास होणी चुपहरे दे विच। ते सच्ची गल है, बाबा दीप सिंह जी ने भी सानू किसे नू खाली नहीं जे मोड़ना। हुण दाता तुसी सांभण वाले बणे हो, आखो धन गुरु रामदास जी। धन गुरु रामदास जी, तुसी कहिंदे हो ना झोलियां नहीं भरदियां, हुण झोलियां भरवाउण वाले बणना है तुसी। गुरु रामदास बापू दीप सिंह ने किसे नू खाली नहीं जे मोड़ना। तुहाडे घरां विच कोई कम करन वाली भी है,
ਕੋਈ ਕੰਮ ਕਰਨ ਵਾਲਾ ਵੀ ਹੈ ਤੁਹਾਡੀਆਂ ਦੁਕਾਨਾਂ ਤੇ ਹੱਟੀਆਂ ਤੇ, ਉਹਨਾਂ ਦੀਆਂ ਵੀ ਕਾਪੀਆਂ ਲਵਾ ਦਿਓ। ਕੋਈ ਦੁੱਧ ਦੇਣ ਵੀ ਆਵੇ ਉਹਨੂੰ ਵੀ ਕਹੋ ਬਈ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਚ ਕਿੰਨੀ ਹਾਜ਼ਰੀ ਤੂੰ ਲਾਏਗਾ ਬਾਣੀ ਦੀ, ਵਾਹਿਗੁਰੂ ਗੁਰਮੰਤਰ ਦੀ ਸਿਮਰਨ ਦੀ ਕਿੰਨੀ ਹਾਜ਼ਰੀ ਲਾਏਗਾ, ਤੇ ਰੋਜ਼ ਦੀ ਉਹ ਹਾਜ਼ਰੀ ਲਿਖੀ ਚੱਲੋ। 25 ਜਨਵਰੀ ਨੂੰ ਉਹ ਨੰਬਰਾਂ ਤੇ ਤੁਸੀਂ ਫੋਨ ਕਰਕੇ ਮੈਸੇਜ ਕਰਕੇ ਆਪਣੀ ਗਿਣਤੀ ਲਿਖਵਾ ਦੇਣੀ। 27 ਜਨਵਰੀ ਨੂੰ ਚੁਪਹਿਰੇ ਵਾਲੇ ਦਿਨ ਉਹ ਪਾਠਾਂ ਦੀ ਸਾਰੇ ਖੁੱਲੇ ਜਪਤਪ ਦੀ ਅਰਦਾਸ ਹੋਏਗੀ। ਇਹ ਖੁੱਲੇ ਜਪਤਪ ਦੇ ਵਿੱਚ ਕੋਈ ਵੀ ਪਿੱਛੇ ਨਾ ਹਟਿਓ, ਕਲਯੁਗ ਨੂੰ ਲੱਤਾਂ ਮਾਰ ਮਾਰ ਕੇ ਭਜਾ ਦਿਓ। ਕਲਯੁਗ ਨੇ ਆਪਣਾ ਕੰਮ ਕਰਨਾ, ਤੁਸੀਂ ਆਪਣਾ ਕੰਮ ਨਹੀਂ ਛੱਡਣਾ, ਉਹਨੂੰ ਭਜਾਉਣਾ ਆਪਾਂ ਮਹਾਰਾਜ ਜੀ ਦੀ ਮਿਹਰ ਦੇ ਨਾਲ। ਇਹੋ ਜਿਹੀ ਕ੍ਰਾਂਤੀ ਲਿਆਓ, ਪਤਾ ਲੱਗੇ ਇਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਨੇ, ਇਹਨਾਂ ਦੇ ਉੱਤੇ ਕਲਯੁਗ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਧੰਨ ਗੁਰੂ ਰਾਮਦਾਸ ਜੀ। ਅਗਲੀ ਪਾਠਾਂ ਦੀ ਡੇਟ ਅਰਦਾਸ ਦੀ 27 ਜਨਵਰੀ, ਕੱਲ੍ਹ ਤੋਂ ਹੀ ਕਾਪੀਆਂ ਲਾ ਲਓ ਤੇ ਰੋਜ਼ਾਨਾ ਆਪਣੇ ਆਪਣੇ ਪਾਠਾਂ ਦੀ ਗਿਣਤੀ ਲਿਖਣੀ ਸ਼ੁਰੂ ਕਰ ਦਿਓ।